बंदे भी भाजी देख लो बाद विच शांति भालदे आ पैसा कमा के भी। भाजी दुनिया का अल्टीमेट तुसी जिथे मर्जी भज लो, जिन्हें कि जरा अंत आ ना जड़ी जिथे बिंदी मुकदी आ वो शांति खुशी आ सबर भावे। हां बस हां जेडे पिछलियां सीटा ते बैठे सोची जांदे ना दुनिया के फने खावा उतरन डे पता ही नहीं अगे की हो मैं जिदा जी टेक्नोलॉजी आंदी है ना मैं वैसे उन्हूं घट सपोर्ट करदा जां मैं बड़ा फैन नहीं है जिदा जिदा नवी नवी इनोवेशन आ रही है ना क्योंकि इंसानियत तो दूर जा रहे हैं नेचर तो असीं बहुत दूर जा रहे हैं। इस वेले ना ये राइट टाइम है हरेक आस्ते अपने आस्ते फार्मिंग लैंड रखन दा। लोकां ने पीजे कनेडा दे नां दे पाए आ कनेडियन पीजा, मैं कहना ना वी पीजे दा ते कनेडा दा की संबंध आ, कोई भी गल हुंदी सारे काम आपां ही नहीं ना कर लैणे आ। ਇਹ ਵੀ ਆ ਪਰ ਇਹ ਭਾਜੀ ਯਾਰ ਵੱਡੇ ਨੀ ਸੋਚਦੇ ਜਿਹੜੀਆਂ ਵੱਡੀਆਂ ਮੱਛੀਆਂ ਮਗਰ ਮੱਛ ਇੱਥੇ ਬੈਠੇ ਹੋਆ ਨਾ ਐਮਾਜ਼ੋਨ ਹੋ ਗਿਆ ਟੈਸਲਾ ਹੋ ਗਿਆ ਇਹ ਸਾਲੇ ਕਹਿੰਦੇ ਸਾਰਾ ਕੁਛ ਹੀ ਅਸੀਂ ਕਰ ਲਈਏ ਬਸ ਹੋਰ ਕੋਈ ਰਹੇ ਨਾ। ਬਿਜ਼ਨਸ ਇਹੀ ਆ ਵੀ ਪ੍ਰੋਬਲਮ ਲੱਭੋ ਤੇ ਉਹਦਾ ਸੋਲੂਸ਼ਨ ਦਾ ਤੇ ਉਹਨੇ ਵੀਰ ਨੇ ਕਹਿੰਦੇ ਅਸੀਂ ਉਸੇ ਦਿਨ ਹੀ ਕੰਪਨੀ ਰਜਿਸਟਰਡ ਕਰਾਤੀ ਸਾਨੂੰ ਉਹਨੇ ਇੰਡੀਆ ਰੈਸਟੋਰੈਂਟ ਖੋਲਿਆ ਤੇ ਕਹਿੰਦਾ ਯਾਰ ਮੈਂ ਰੈਸਟੋਰੈਂਟ ਖੋਲਿਆ ਤੇ ਕਹਿੰਦਾ ਸ਼ੁਰੂ ਚ ਇੰਨਾ ਨੀ ਚੱਲਿਆ ਕਹਿੰਦਾ ਜੀ ਕਹਿੰਦਾ ਬਾਅਦ ਚ ਮੈਂ ਰੇਟ ਚੱਕਤੇ ਹਾਂ ਕਹਿੰਦਾ ਉਹ ਇੰਨਾ ਚੱਲਿਆ ਕਹਿੰਦਾ ਮੇਰੇ ਕੋਲ 2500 ਰੁਪਈਏ ਦਾ ਵੀ ਪੀਜ਼ਾ ਹੈਗਾ ਕਹਿੰਦਾ 30-40 ਲੱਖ ਰੁਪਈਆ ਕਹਿੰਦਾ ਤੁਹਾਨੂੰ ਤੁਹਾਨੂੰ ਸੈਂਸ ਹੈਗੀ ਇਹਨਾਂ ਨੂੰ ਮੈਂ ਯੂਜ਼ ਕਿੱਦਾਂ ਕਰਨਾ ਵਾ ਤੁਸੀਂ ਇੱਥੇ ਰਹਿ ਸਕਦੇ ਆ। ਉੱਦਾਂ ਗਏ ਆ ਕਈ ਲੋਕੀ ਬਹੁਤ ਸੋਚ ਸਮਝ ਕੇ ਗਏ ਆ ਹੁਣ ਉਹ ਪੱਕੇ ਪੈਰੀ ਗਏ ਆ ਉਹਨਾਂ ਦੇ ਮਨਾਂ ਦੇ ਵਿੱਚ ਵਲਵਲੇ ਵੀ ਨਹੀਂ ਉੱਠਦੇ ਪਿੱਛੇ ਮੁੜੀਏ ਜਾਂ ਨਾ। ਮੈਂ ਲੋਕਾਂ ਤੱਕ ਇਹ ਮੈਸੇਜ ਹੀ ਪਹੁੰਚਾਉਣਾ ਚਾਹੁੰਦਾ ਵੀ ਇਹ ਗੱਡੀਆਂ ਬਾਹਰ ਨਾਲ ਹੀ ਬਣਦੀਆਂ ਮੈਂ ਲੋਕਾਂ 'ਚ ਇਹ ਵੀ ਚਾਹੁੰਦਾ ਵੀ ਇਹ ਗੱਡੀਆਂ ਇੰਡੀਆ 'ਚ ਵੀ ਰਹਿ ਕੇ ਕੰਮ ਕਰਕੇ ਬਣ ਸਕਦੀਆਂ ਜੇ ਹੋਰ ਸੁਣਾਓ ਸਿਹਤਾਂ ਭਾਜੀ ਠੀਕ ਠਾਕ ਸਿਹਤਾਂ ਭਾਜੀ ਵਧੀਆ ਠੀਕ ਠਾਕ ਸਿਹਤਾਂ ਦਾ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰੀ ਜੀ ਬਾਲੀਆਂ ਨਾ ਵਧਣਾ ਹੋ ਮੇਰਾ ਆਪਣਾ ਭਾਜੀ ਬਹੁਤ ਭਾਰ ਵਧਿਆ ਟਰੱਕ ਤੇ ਰਹਿ ਰਹੇ ਇੱਕ ਵਿਹਲੇ ਬੈਠੇ ਬੰਦੇ ਨੂੰ ਭਾਜੀ ਭੁੱਖ ਬਹੁਤ ਲੱਗਦੀ ਹੈ ਯਾਰ ਉਸ ਲਈ ਕੰਟਰੋਲ ਕਰਨਾ ਔਖਾ ਹੋ ਜਾਂਦਾ ਇਹ ਵੀ ਹੈ ਹੁਣ ਜਦੋਂ ਬੰਦਾ ਬੋਰ ਹੋਣ ਲੱਗਦਾ ਨਾ ਉਸ ਲਈ ਬੰਦਾ ਕਹਿੰਦਾ ਜਾਂਦਾ ਕਿਚਨ ਵੱਲ ਨੂੰ ਚੱਲ ਕੁਛ ਖਾ ਲਈਏ ਹਨਾ ਰਾਤੀ ਮੈਂ ਫ੍ਰੀ ਸੀ ਮੈਂ ਵੇਖਣ ਲੱਗ ਪਿਆ ਮੂਵੀ ਵੇਖਣ ਲੱਗ ਪਿਆ ਮੈਂ ਗੈਂਗ ਆਫ ਵਾਸੇਪੁਰ ਲਾ ਲਈ ਨਾ ਬੜਾ ਚਿਰ ਹੋ ਗਿਆ ਵੇਖਣ ਨੂੰ ਭੁੱਲ ਭੁਲਾਈ ਗਈ ਸੀ ਮੈਂ ਪਹਿਲਾਂ ਪਹਿਲੀ ਦੇਖੀ ਫਿਰ ਦੂਜੀ ਦੇਖੀ ਤੇ ਨਾਲ ਮੈਂ ਜੋ ਰਾਸ਼ਨ ਆਇਆ ਪਾੜੀ ਗਿਆ ਰਾਤ ਦਾ ਠੀਕ ਹੈ ਜੀ ਉਹ ਟਾਈਮ ਵੀ ਉਹਦਾ ਕਾਫੀ ਮੇਰੇ ਖਿਆਲ 3-4 ਘੰਟੇ ਤੁਹਾਡੇ ਪਾਰ ਹੋ ਗਏ ਹੋਣੇ ਉਹਦੇ ਨਾਲ ਆਹੋ ਮੈਂ ਦੋਵੇਂ ਵੇਖੀਆਂ ਮੇਰੇ ਖਿਆਲ ਨਾਲ 3-3 ਘੰਟੇ ਦੀਆਂ ਆਹੋ ਬਹੁਤ ਲੰਬੀਆਂ ਵਾ। ਹੋਰ ਕੰਮ ਕਿੱਦਾਂ ਚੱਲਦਾ ਭਾਜੀ ਨਵਾਂ ਤੁਹਾਡਾ ਕੰਮ ਭਾਜੀ ਵਧੀਆ ਵਾ ਆਹੋ ਗਾਲਾਂ ਗੂਲਾਂ ਪੈਣੀਆਂ ਜੇ ਠਹਿਰ ਕੇ ਥੋੜਾ ਚਿਰ ਬਾਅਦ ਸਟਾਰਟ ਹੋਣਗੀਆਂ ਆਹੋ ਨਹੀਂ ਗਾਲਾਂ ਕਦੇ ਭਾਜੀ ਪੈਣੀਆਂ ਦੱਸ ਇਹ ਵੀਰ ਧੰਦਾ ਏਦਾਂ ਦਾ ਹੀ ਅਸਲ ਦੇ ਵਿੱਚ ਚ ਇਹ ਕੀ ਕਹੀਏ ਵੀ ਇਹ ਸ਼ਰਤ ਲਾਗੂ ਹੈ ਇਹਦੇ ਚ ਹੁੰਦੀ ਗਾਲਾਂ ਵਾਲੀ ਕਿਉਂਕਿ ਦੇਖੋ ਆਪਾਂ ਦਸਾਂ ਜਾਣੇ ਦਾ ਕੰਮ ਮੰਨ ਲਓ ਕਰਨ ਗਏ ਤੇ ਹਾਂਜੀ ਸੌ ਤੇ ਹੁੰਦਾ ਨੀ ਗਾ ਸੋ 7-8 ਦਾ ਹੋਣਾ ਬਿਲਕੁਲ ਇਹ ਵੀ ਆ ਉਹ ਤਾਂ ਚਲੋ ਬੰਦੇ ਨੂੰ ਆਪਣੇ ਨੂੰ ਅਸੈਪਟ ਕਰਨਾ ਪੈਣਾ ਨਾ ਵੀ ਤੁਹਾਡਾ ਕੰਮ ਆ ਸਾਰਾ ਕੁਛ ਅਪਲਾਈ ਕਰਨਾ ਹਨਾ ਐਪਲੀਕੇਸ਼ਨਾਂ ਭਰਨੀਆਂ ਹੁਣ ਤੁਸੀਂ ਤਾਂ ਵੀਜ਼ਾ ਇੱਥੋਂ ਲਾ ਕੇ ਦੇਣਾ ਨਹੀਂ ਹੈਗਾ ਇਹ ਤਾਂ ਉਹਨਾਂ ਨੂੰ ਵੀ ਪਤਾ ਆ ਨਹੀਂ ਨਹੀਂ ਆਫ ਕੋਰਸ ਉਹੋ ਹੀ ਕਹੀਦਾ ਨਾ ਕਹਿ ਦੇਣਾ ਮੈਂ ਤਕਰੀਬਨ ਮੈਂ ਤਾਂ ਹੀ ਇਸੇ ਕਰਕੇ ਕੋਈ ਵੀ ਆਉਂਦਾ ਮੈਂ 100% ਨਹੀਂ ਇਹਨਾਂ ਹੁੰਦਾ ਮੈਂ ਆਲਵੇਜ਼ ਇਹੀ ਇਹਨਾਂ ਨਾਲ ਪਾਈ ਇੰਨੇ ਕੁ ਪਰਸੈਂਟ ਚਾਂਸ ਦਾ ਮੈਂ ਆਪਣਾ ਪਹਿਲਾਂ ਇੱਕ ਪਰਸਨਲ ਵਿਊ ਜਿਹਾ ਦੱਸ ਦਿੰਦਾ ਹੁੰਦਾ ਇੰਨੇ ਕੁ ਪਰਸੈਂਟ ਚਾਂਸ ਦਾ ਹਾਂਜੀ ਵੀ ਭਾਈ ਅੱਗੇ ਤੇਰੀ ਮਰਜ਼ੀ ਆ ਤੇ ਕਿਹੜੀ ਕਿਹੜੀ ਕੰਟਰੀ ਦਾ ਭਾਜੀ ਉਦਾਂ ਕਰਦੇ ਆ ਹੁਣ ਸ਼ੁਰੂ ਕੀਤਾ ਆ ਆਲਮੋਸਟ ਸਾਰੀਆਂ ਮੋਸਟਲੀ ਜਿੰਨੀਆਂ ਨੂੰ ਜਾਂਦੇ ਹੀ ਆ ਪੰਜਾਬੀ ਮੈਂ ਤਕਰੀਬਨ ਨਹੀਂ ਕਹਿ ਦਿੰਦਾ ਹੁੰਦਾ ਜਿੱਦਾਂ ਨਹੀਂ ਜਿਹਦਾ ਤੇ ਕੁਛ ਪਤਾ ਉਹਦਾ ਤਾਂ ਹਾਂ ਕਰ ਦੀ ਤੇ ਨਹੀਂ ਪਤਾ ਉਹਦਾ ਮੈਂ ਨਾ ਕਰ ਦਿੰਦਾ ਹੁੰਦਾ ਸੋ ਮੋਸਟਲੀ ਤੇ ਜਾਨੀ ਕਿ ਜਿਹੜਾ ਕਰਨ ਡਿਆ ਯੂਰੋਪੀਅਨ ਕੰਟਰੀਆਂ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਮਾੜਾ ਹਾਂ ਇਹ ਹੈ ਜ਼ਿਆਦਾ ਹਾਂ ਠੀਕ ਆ ਜ਼ਮੀਨੀ ਜਾਣਕਾਰੀ ਬਸ ਮਤਲਬ ਜਿੱਦਾਂ ਜਿੱਦਾਂ ਤੁਸੀਂ ਆਪਣੇ ਅਪਲਾਈ ਕੀਤੇ ਉਹ ਜਾਣਕਾਰੀ ਆ ਨੋਲੇਜ ਆ ਹਨਾ ਭਾਜੀ ਇਹਦੇ ਵਿੱਚ ਨਾ 2-3 ਚੀਜ਼ਾਂ ਮਾਇੰਡ ਦੇ ਵਿੱਚ ਬਹਿ ਗਈਆਂ ਵਾ ਹਾਂਜੀ ਉਹ ਮੈਂ ਨਾ ਆਪਣੇ ਇਹ ਫਾਰਮੂਲਾ ਨਾ ਮੈਂ ਆਪਣੇ ਰੈਸਟੋਰੈਂਟ ਤੇ ਵੀ ਬਹੁਤ ਅਪਲਾਈ ਕੀਤਾ ਵਾ ਮੈਂ ਖੁਦ ਤੇ ਪਹਿਲਾਂ ਅਪਲਾਈ ਕੀਤਾ ਬਾਅਦ ਦੇ ਵਿੱਚ ਜਦੋਂ ਕੰਮ ਕਿਸੇ ਨੂੰ ਮੈਂ ਟ੍ਰੇਨ ਕਰਦਾ ਹੁੰਦਾ ਹਾਂ ਨਾ ਤੇ ਮੈਂ ਕਹਿੰਦਾ ਹੁੰਦਾ ਹਾਂ ਤੂੰ ਬਸ ਇਹ ਸੋਚ ਨਹੀਂ ਕਿ ਤੂੰ ਆਪ ਗਾਹਕ ਬੈਠਾ ਵਾ
ਠੀਕ ਆ ਤੂੰ ਇਹ ਸੋਚ ਲਈ ਕਿ ਵੀ ਤੂੰ ਹੁਣ ਜੇ ਤੂੰ ਐਜ਼ ਏ ਗਾਹਕ ਆ ਤੂੰ ਦੱਸ ਵੀ ਤੈਨੂੰ ਕੋਈ ਗਲਾਸ ਫੜਾਉਣ ਆਵੇ ਉਹਨੇ ਗਲਾਸ ਥੱਲਿਓਂ ਫੜਿਆ ਹੋਵੇ ਸਹੀ ਹੈ ਕਿ ਗਲਾਸ ਉੱਪਰੋਂ ਫੜਿਆ ਹੋਵੇ ਸਹੀ ਹੈ, ਵੀ ਤੈਨੂੰ ਕਿੱਦਾਂ ਪਸੰਦ ਹੋਊਗਾ। ਸੋ ਉਹੀ ਹਿਸਾਬ ਨਾ ਕਰ ਕਰਕੇ ਮੈਂ ਕਹਿੰਦਾ ਨਾ ਵੀ ਤੁਸੀਂ ਇਹ ਸੋਚ ਲਓ ਕਿ ਤੁਸੀਂ ਅੰਬੈਸਡਰ ਆ ਖੁਦ ਨੂੰ, ਸਹੀ ਆ ਵੀ ਆਹ ਤੇਰੇ ਕੋਈ ਪ੍ਰੋਫਾਈਲ ਆਊਗੀ ਕਿ ਤੂੰ ਦੱਸ ਦੇ ਵੀ ਤੂੰ ਇਸ ਤੋਂ ਕੀ ਸੋਚੇਗਾ। ਆਪਣਾ ਤੋਂ ਕਨਵਿੰਸ ਕਰਨਾ ਇਹੀ ਨਾ, ਮੈਂ ਕਿਤੇ ਘੁੰਮਣ ਜਾਣਾ ਵਾ ਮੈਂ ਮੁੜ ਆਉਣਾ ਵਾ, ਤੇ ਦੋ ਤਿੰਨ ਰੀਜ਼ਨ ਹੁੰਦੇ ਆ ਅਗਲੇ ਨੂੰ, ਇੱਕ ਤਾਂ ਕਨਵਿੰਸ ਆਪਣਾ ਰੀਜ਼ਨ ਵੈਲਿਡ ਹੋਵੇ ਜਾਣ ਦਾ, ਇੱਕ ਆਪਾਂ ਫਾਈਨੈਂਸ਼ਲੀ ਉਹਨੇ ਸਟੇਬਲ ਹੋਈਏ, ਤੀਸਰਾ ਹੋਵੇ ਕਿ ਉਹਨੂੰ ਲੱਗੇ ਵੀ ਯਾਰ ਇਹ ਬੇਵਕੂਫ ਹੋਊਗਾ ਜੇ ਉੱਥੇ ਰਹੂਗਾ ਤੇ। ਸੋ ਆਪਣੇ ਡਾਕੂਮੈਂਟ ਇੱਦਾਂ ਦੇ ਹੋਣ, ਪਿੱਛੇ ਬੈਕਗ੍ਰਾਉਂਡ ਆਪਣੀ ਇੱਦਾਂ ਦੀ ਹੋਵੇ। ਸੋ ਜੇ ਇਹ ਹਾਂਜੀ। ਚੀਜ਼ਾਂ ਤਿੰਨੇ ਮਿਲਦੀਆਂ ਹੋਣ ਤਾਂ ਫਿਰ ਕੋਈ ਨਾ। ਹਾਂਜੀ ਹਾਂ, ਤੇ ਕਿੰਨੇ ਸਾਲ ਲਾਏ ਤੁਸੀਂ ਭਾਈ ਸਪੇਨ 'ਚ? ਮੈਨੂੰ ਵੀ 18 ਸਾਲ ਹੋ ਗਏ। ਹਾਂਜੀ ਹਾਂ, ਠੀਕ ਆ। ਮੇਰੀ ਨਾ ਥੋੜੇ ਦਿਨ ਪਹਿਲਾਂ ਇੱਕ ਮੁੰਡੇ ਨਾਲ ਗੱਲ ਹੁੰਦੀ ਸੀ, ਉਹ ਕੈਨੇਡਾ ਆਇਆ ਹੁਣੇ, ਤੇ ਉਹ ਕਹਿੰਦਾ ਭਾਜੀ ਮੈਂ ਇੱਥੇ 4-5 ਸਾਲ ਹੀ ਲਾਣੇ ਆ, ਫਿਰ ਮੈਂ ਇੰਡੀਆ ਮੁੜ ਜਾਣਾ। ਮੈਂ ਅੱਛਾ ਕਿਹਾ ਇਹ ਤੂੰ ਅੱਜ ਨਹੀਂ ਕਹਿ ਉਹ ਰਿਹਾ ਆ, ਇਹ ਇਦਾਂ ਕਦੀ ਹੋਣਾ ਨਹੀਂ ਹੈਗਾ, ਹੈਨਾ? ਪਿੱਛੇ ਇਹ ਮੁੜਨਾ ਚੀਜ਼ ਆ। ਬਹੁਤ ਔਖਾ। ਤੇ ਮੈਂ ਤੁਹਾਡੇ ਤੋਂ ਪੁੱਛਦਾ, ਤੁਸੀਂ ਇਹਦੇ ਇਹ ਸਟੈਪ ਕਿੱਦਾਂ ਲਿਆ, ਕੀ ਕੀ ਪ੍ਰੋਸੈਸ ਚੱਲੀ, ਕਦੋਂ ਦਾ ਸੋਚਦੇ ਪਏ ਸੀਗੇ ਵੀ ਮੈਂ ਇੰਡੀਆ ਜਾਣਾ ਤੇ ਸੈਟਅਪ ਕਰੀਏ ਕੁਛ ਨਾ, ਵਾਪਸ ਚਲੀਏ? ਇਹ ਨਾ ਮੈਨੂੰ ਅਸਲ ਦੇ ਵਿੱਚ ਨਾ ਮੈਨੂੰ ਪਿਛਲੇ 3-4 ਸਾਲਾਂ ਤੋਂ ਮੈਨੂੰ ਬਹੁਤ ਜ਼ਿਆਦਾ ਅਹਿਸਾਸ ਜਿਹਾ ਹੋਣ ਲੱਗ ਪਿਆ, ਮੇਰਾ ਜੀ ਕਰਦਾ ਵੀ ਨਹੀਂ ਯਾਰ ਵੀ ਇੱਥੇ ਨਹੀਂ ਰਹਿਣਾ, ਵੀ ਵਾਪਸ ਜਾਣਾ ਹਨਾ, ਵੀ ਮੇਰਾ ਜੀ ਨਹੀਂ ਲੱਗਦਾ ਸੀ ਹਨਾ ਹੁਣ ਕਿਸੇ। ਫਿਰ ਇਹ ਸੋਚਿਆ ਵੀ ਨਹੀਂ ਪਿੰਡ ਹੀ ਜਾਣਾ ਵਾਪਸ ਹਨਾ। ਫਿਰ ਉਹ ਇੱਕ ਕੀ ਕਹਿੰਦੇ ਹੁੰਦੇ ਚਿੰਗਾਰੀ ਜੀ ਉੱਠ ਗਈ, ਉਹ ਬਾਅਦ 'ਚ ਸੁਲਗੀ ਗਈ ਸੁਲਗੀ ਗਈ ਸੁਲਗੀ ਗਈ, ਤੇ ਫਿਰ ਰੱਬ ਨੇ ਵੀ ਕੁਛ ਐਸੀ ਬਾਂਹ ਫੜ ਲਈ ਕਿ ਫਾਈਨੈਂਸ਼ੀਅਲੀ ਇੱਦਾਂ ਦੇ ਹੋ ਗਏ ਕਿ ਹਾਂ ਯਾਰ ਇੰਡੀਆ ਰਿਹਾ ਜਾ ਸਕਦਾ, ਵੀ ਜਾ ਸਕਦੇ ਇੰਡੀਆ। ਤੇ ਹੁਣ ਇਸੇ ਕਰਕੇ ਹੀ ਹਾਂ ਫਿਰ ਹੁਣ ਇਸੇ ਕਰਕੇ ਹੀ ਕੰਮ ਕਾਰ ਸ਼ੁਰੂ ਕਰ ਲਏ। ਮੈਂ ਨਾ ਹੁਣ ਇੱਕ ਰੀਸੈਂਟਲੀ ਵੀਡੀਓ ਵੀ ਕਰਕੇ ਰਿਕਾਰਡ ਕਰਕੇ ਡਿਆ, ਮੈਨੂੰ ਮੈਂ ਸ਼ੋਰ ਜਾਣੀ ਕਿ ਮੈਂ ਪਾਵਾਂ ਕਿ ਨਾ, ਮੈਂ ਰਿਕਾਰਡ ਕਰ ਲਈ ਸੀ। ਤੇ ਉਹਦੇ 'ਚ ਇੱਕ ਮੈਂ ਹਾਂਜੀ ਗੱਲ ਕਹੀ ਸੀ ਕਿ ਵੀ ਸਪੇਨ ਹੁਣ ਮੇਰੇ ਸਪੇਨ ਨਾਲੋਂ ਨਾਤਾ ਕਦੀ ਨਹੀਂ ਟੁੱਟ ਸਕਦਾ ਜਿੱਦਾਂ ਇੰਡੀਆ ਤੋਂ ਨਹੀਂ ਟੁੱਟ ਸਕਦਾ, ਬਸ ਇਹ 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 ਚੇਂਜ ਮੈਂ ਲਿਆਉਣਾ ਚਾਹੁੰਦਾ ਵਾਂ ਕਿ ਜਿੱਦਾਂ ਮੈਂ ਕਿਸੇ ਜਿੱਦਾਂ ਮੈਂ ਕਦੀ ਸਪੇਨ ਤੋਂ ਇੰਡੀਆ ਛੁੱਟੀ ਕੱਟਣ ਆਉਂਦਾ ਹੁੰਦਾ ਸੀ ਨਾ, ਹੁਣ ਮੈਂ ਇੰਡੀਆ ਤੋਂ ਸਪੇਨ ਉਦਾਂ ਜਾ ਰਿਹਾ ਸਪੇਨ ਨੂੰ ਛੁੱਟੀ ਕੱਟਣ ਜਾਇਆ ਕਰਦਾ। ਹਾਂ ਸੋ ਇਦਾਂ ਦਾ ਲਿੰਕ ਜਿਹਾ ਬਣ ਗਿਆ। ਹਾਂ ਠੀਕ ਆ। ਪਰ ਫਿਰ ਵੀ ਜਿੱਦਾਂ ਹੁਣ ਜੇ ਤੁਸੀਂ ਹਿਸਟਰੀ ਦੇਖੋ ਭਾਜੀ, ਹਿਊਮਨ ਨੇ ਮਾਈਗ੍ਰੇਸ਼ਨ ਕੀਤੀ ਕੀਤੀ ਆ, ਹੈਨਾ? ਤੇ ਚਲੋ ਅਸੀਂ ਬਹੁਤ ਸੌਖੇ ਤਰੀਕੇ ਨਾਲ ਕਹਿ ਦਈਦਾ, ਉਹਨੂੰ ਲੱਗੇ 1000 ਸਾਲ ਲੱਗਦੇ ਸੀਗੇ ਨਾ ਇੱਕ ਦੇਸ਼ ਤੋਂ ਦੂਜੀ ਜਗ੍ਹਾ ਤੇ ਜਾਣ ਨੂੰ, ਹੈਨਾ? ਤੇ ਹੁਣ ਅਸੀਂ ਕਹਿੰਦੇ ਵੀ ਮਾਈਗ੍ਰੇਸ਼ਨ ਮਾੜੀ ਆ, ਤੇ ਜਿੱਦਾਂ ਹੁਣ ਅੰਮ੍ਰਿਤਪਾਲ ਹੁਣੀ ਵੀ ਕਹਿੰਦੇ ਵੀ ਅਸੀਂ ਵਾਪਸ ਲੈ ਕੇ ਆਣੇ ਆ ਨਾ, ਵੀ ਜਿਹੜੇ ਬਾਹਰ ਨੂੰ ਜਾਂਦੇ ਆ ਮਾਈਗ੍ਰੇਸ਼ਨ ਰੋਕਣੀ ਆ। ਪਰ ਮੈਂ ਜਦੋਂ ਦੇਖਦਾ ਵੀ ਇਹ ਇੱਕ ਲਾਅ ਆ, ਹੈਨਾ, ਅਸੀਂ ਮੂਵ ਹੋਣਾ ਹੀ ਹੋਣਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ, ਆਲਵੇਜ਼ ਆਲਵੇਜ਼। ਤੇ ਉਹਦੇ ਫਿਰ ਸਾਨੂੰ ਗੋ ਵਿਦ ਦਾ ਫਲੋ ਹੋਣਾ ਚਾਹੀਦਾ, ਜਾਂ ਸਾਨੂੰ ਮਤਲਬ ਥੋੜੀ ਜਿਹੀ ਅੜੀ ਕਰਨੀ ਚਾਹੀਦੀ ਆ ਵੀ ਨਹੀਂ ਨਹੀਂ ਇੱਥੇ ਰੁਕਣਾ ਹੈ, ਵੀ ਜਦੋਂ ਜ਼ਿਆਦਾ ਹੀ ਕੰਮ ਖਰਾਬ ਹੋ ਜਾਊਗਾ ਫਿਰ ਚਲੋ, ਜਦੋਂ ਕੋਈ ਆਪਸ਼ਨ ਨਹੀਂ ਹੋਊਗਾ ਫਿਰ ਹੀ ਅਸੀਂ ਮਾਈਗ੍ਰੇਟ ਹੋਵਾਂਗੇ, ਹੈਨਾ? ਤੇ ਤੁਹਾਡਾ ਕੀ ਵੀ ਸਾਨੂੰ ਗੋ ਵਿਦ ਦਾ ਫਲੋ ਪੇ ਇਹਨੂੰ ਬਹੁਤ ਵੱਡਾ ਮੁੱਦਾ ਸਮਝ ਕੇ ਸੋਚਣਾ ਚਾਹੀਦਾ ਆ, ਕਿ ਨੇਚਰ ਦੇ ਹਿਸਾਬ ਨਾਲ ਸੋਚਣਾ ਚਾਹੀਦਾ ਕਿ ਹਾਂ ਠੀਕ ਆ ਯਾਰ ਕੋਈ ਚੱਕਰ ਨਹੀਂ ਹੈਗਾ ਜੇ ਅਸੀਂ ਮੂਵ ਹੋ ਵੀ ਗਏ ਆ। ਯਾਰ ਇਹਦੇ ਨਾ ਆਈ ਥਿੰਕ ਆਪਾਂ ਜਿੱਦਾਂ ਇਹ ਕਰਦੇ ਹਾਂ ਇੱਕ ਲਾਅ ਯੂਨੀਵਰਸਲ ਲਾਅ ਹੀ ਆ ਕਿ ਲੋਕੀ ਮਾਈਗ੍ਰੇਟ ਹੁੰਦੇ ਆ, ਪਰ ਕਿਤੇ ਨਾ ਕਿਤੇ ਨਾ ਮੈਂ 2-3 ਚੀਜ਼ਾਂ ਦੇਖੀਆਂ ਵਾ। ਮੈਂ ਹੁਣ ਇਮੀਗ੍ਰੇਸ਼ਨ 'ਚ ਕੰਮ ਹੋਣ ਕਰਕੇ ਨਾ ਮੈਨੂੰ ਬੜੀਆਂ ਕਈ ਵਾਰ ਪੁੱਠੀਆਂ ਉਦਾਹਰਨਾਂ ਲਾ ਲੋਕਾਂ ਨੂੰ ਸਮਝਾਉਣਾ ਪੈਂਦਾ ਵਾ, ਕਿਉਂਕਿ ਲੋਕੀ ਕਈ ਵਾਰ ਕਹਿਣਗੇ ਓਕੇ ਭਾਜੀ ਮੈਂ ਉੱਥੇ ਚੱਲ ਜੂੰਗਾ, ਉੱਥੋਂ ਮੈਂ ਬਾਅਦ 'ਚ ਉੱਥੇ ਚੱਲ ਜੂੰਗਾ, ਉੱਥੋਂ ਬਾਅਦ 'ਚ ਮੈਂ ਉੱਥੇ ਚੱਲ ਜੂੰਗਾ। ਫਿਰ ਮੈਂ ਇਹਨਾਂ ਨਾ ਵੀ ਇੱਦਾਂ ਨਹੀਂ ਹੁੰਦਾ ਵੀ, ਫਿਰ ਮੈਂ ਕਹਿੰਦਾ ਨਾ ਵੀ ਓਕੇ। ਮੈਂ ਇੱਕ ਐਗਜ਼ਾਮਪਲ ਦਿੰਦਾ ਨਾ, ਮੈਂ ਕਹਿੰਦਾ ਨਾ ਇੱਕ ਨਾ ਯੂਰਪ ਦੇ ਛੋਟੀ ਜਿਹੀ ਕੰਟਰੀ ਹੈਗੀ ਹੈ ਲਕਸਮਬਰਗ, ਛੇ ਹਾਂਜੀ ਤੋਂ 7 ਲੱਖ ਦੀ ਆਬਾਦੀ ਹੈ ਉਹਦੀ, ਮੈਂ ਕਿਹਾ ਅਪਰੋਕਸੀਮੇਟਲੀ ਸ਼ਾਇਦ ਇੰਨੀ ਕੀ ਹੈ, ਮੈਂ ਕਿਹਾ ਉਹਦੀ GDP ਪਰ ਕੈਪੀਟਾ ਹੈਗੀ ਹੈ 1,35,000 US ਡਾਲਰ। US ਡਾਲਰ? ਹਾਂ ਹਾਂ ਉਹ ਬੱਲੇ। ਤੇ ਮੈਂ ਕਿਹਾ ਵੀ ਉਹ ਜਾਨੀ ਕਿ ਹਾਈਐਸਟ ਆ ਨਾ ਦੁਨੀਆਂ ਦੇ ਵਿੱਚ। ਹਾਂਜੀ। ਤੇ ਮੈਂ ਕਿਹਾ ਵੀ ਉਸੇ ਦੇ ਨਾਲ ਹੀ ਮੈਂ ਕਿਹਾ ਕੰਟਰੀਆਂ ਐਗਜ਼ਿਸਟ ਕਰਦੀਆਂ, ਪੋਲੈਂਡ ਹੋ ਗਈ ਜਾਂ ਉਸ ਤੋਂ ਵੀ ਜਿਹਨਾਂ ਦੀ GDP ਪਰ ਕੈਪੀਟਾ ਅਰਾਊਂਡ 10-10 ਕੁ ਹਜ਼ਾਰ ਸਮਥਿੰਗ, ਇਹਦੇ 10-15 ਕੁ ਹਜ਼ਾਰ ਦੇ ਵਿੱਚ ਆ। ਮੈਂ ਕਿਹਾ ਪੋਲਿਸ਼ ਪੋਲਿਸ਼ ਲੋਕਾਂ ਕੋਲ ਫੁੱਲ ਰਾਈਟ ਆ ਕਿ ਉਹ ਲਕਸਮਬਰਗ ਦੇ ਵਿੱਚ ਜਾ ਕੇ ਰਹਿ ਸਕਦੇ ਆ ਤੇ ਕੰਮ ਕਰ ਸਕਦੇ ਆ, ਪਰ ਮੈਂ ਉਹਨਾਂ ਕੋਲ ਮੈਂ ਕਿਹਾ ਵੀ ਉਹਨਾਂ ਨੂੰ ਕੁਝ ਨਹੀਂ, ਉਹ ਟਿਕਟ ਲੈਣੀ ਉਹਨਾਂ ਨੇ ਆਪਣੀ ਭਾਵੇਂ ਗੱਡੀ ਨੂੰ ਸੈਲਫ ਮਾਰਨ ਤੇ ਉੱਥੇ ਜਾ ਕੇ ਘਰ ਰੈਂਟ ਤੇ ਕਰਕੇ ਰਹਿ ਲੈਣ ਕਰ ਲੈਣ। ਮੈਂ ਕਿਹਾ ਹਾਂਜੀ ਪਰ ਉਹ ਲੋਕੀ ਮਾਈਗ੍ਰੇਟ ਨਹੀਂ ਕਰਦੇ ਫਿਰ ਵੀ,
नहीं तो लक्समबर्ग ही भर दी जाती हूं तक या स्विट्जरलैंड भर दिता जाता या नॉर्वे भर दिता जाता ये सारिया कंट्रिया जड़िया जिन्हों की पापूलेशन एक करोड़ भी है नहीं गी इन्ह सारिया कंट्रिया की जी डी पी पर कैपिटा बहुत हाई है पर उस यूरोप के कंट्रिया भी एग्जिस्ट कर दी जिन्हों की जी डी पी कैपिटा बहुत लो है पर फिर भी लोग माइग्रेट नहीं हो रहे वो मूव नहीं हो रहे मैं उही कहना ना भी साढ़े रीजन कुछ उन्होंने वादे डिफरेंट आना चाहिए आ केंद्र सानू घर चाहिए साड़िया बेसिक लोड़ा पूरी चाहिए चक्कमें मैं कहना ना उन्होंने समाज के भी लोग है पर वो परसेंटेज बहुत लोग अपन वो कहें भी सानू की चाहिए अं घरे आईए साढ़े घर बत्ती हो घर रोटी हो साल के एक या दो बार वेकेशन जा सकी जे साडा सिस्टम अलाउ करता तो असं बहुत वधिया सैट हाँ पर साडा असी असी गाण गुणे चकमें चुके यह चीजा करते हैं हूँ फॉर एग्जाम्पल ना मैं इतने ना डैवर डूवर की फॉर्चूनर की बड़ी चढ़ाई है पंजाब ते मैं ना मैं भी डैवर ली मैं 2018 च ली डैवर से मैं ना सद मैं सेफ्टी तो ली मैं इतों का सब तो घटिया चीज लगती है ट्रैफिक हाँ मैं जो अंडाइवर लई तो मैं कभी नहीं ना इतने मैं वेखदा ना लोगों का है ना लोकी ओडी साली जीप नहीं हुंदी जिड्डा ते यूएस दे या कनेडा का झंडा लाया हुंदा रियल झंडा लाया हुंदा सही हाँ है भी वो रियल फ्लैग लाया हुंदा वा ते मैं ना कभी भी अपनी गड्डी दे उत्ते कोई भी फ्लैग नहीं लाया मैं इवन एक दो वारी मेरे आया स्पैन मैं कहा मैं भी छोटा जिहा ला लां मैं कहा नहीं यार मैं कहा मैं लोगों तक ये मैसेज नहीं पहुंचाना चाहता भी ये गड्डिया बाहर नाल ही बन दियां हाँ मैं लोगों ये भी चाहना भी यह गड्डिया इंडिया च भी रह के काम करके बन सकदियां जे हर कोई झंडे ही ला के फिरूगा तो जो एक टीनेजर है उन्होंने तो यही लगना भी यह चीजा सारिया इन्होंने कंट्रिया च पॉसीबल है इतने नहीं बिल्कुल पॉसीबल उन्हें तो दिमाग च पहले ये चीज आ जानी है सो ये माइग्रेशन भाजी इदा ही है अपनी आप रीस जे ज्यादा करती है लॉ वा आप एक्सट्रीम लैवल तक ये चले गए हैं ये ता ही चक्कर है ना हूँ रिवर्स भी फिर बलबले में भी ता ही उठते है जड़े 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 उदा गए है कई लोग बहुत सोच समझ के गए पक्के पैरी गए उन्होंने मन वलवले में नहीं उठते पिछे मुड़िए या ना मुड़िए बिल्कुल हूँ इंग्लिश लोग है भाजी स्पेन दे विच या इटली या पुर्तगाल इन्होंने वैदर चंगे है साढ़े तिना चार मुल्क इतने बहुत लोग आते हैं नॉर्वेजियन इंग्लिश उन्होंने मन नहीं वलवले में उठते वो तो कहते अं स्पेन के भावे कि बीच ते ही मर जाइए हाँ क्योंकि उन्होंने रीजन बड़े क्लीयर है उन्होंने रीजन बहुत क्लीयर है वो सोच समझ के आए है ना असी अपने रीजन करके घट मूव होने हैं लोगों को देख के भेड़ चाल जिदा कह लो है ना ते उन्हां वल देख के असी वो चीजा बना लेने अपने गोल जिहड़े साडे अपने नहीं होंदे लोगों के गोल नूं आपां अपना बना लईदा आ एग्जैक्टली एग्जैक्टली वो इसे हाँ करके बाद फिर कही दा यार ये फस गए हैं फिर सारी उम्र पिंड नूं रोई जाईदा आहो भी बहुत लोग है जो वापस आना चाहते हैं असल को ना भाजी पंजाब ना मैं लगता वा जे थोड़े को 30-40 लाख रुपया है ना इनवैसट करना 30-40 लाख रुपया है तो तुहानू सेंस हैगी ना उन्होंने मैं यूज किदा करना वा तो हाँ जी तुसी इत्थे रह सकते हैं तुसी कड़ा किराया देना भाजी बिल्कुल खर्चे हाँ तो बहुत मिनीम घट आ खर्चे है आपा बहुत घट आ आप ही बधाई दे आ गड्डी महंगी ले लो फलाना ले लो गेड़ियां मारी जो कपड़े महंगे शो ऑफ अपने ओही खर्चे आ फालतू दे हाँ बस बस अपने लिमिट च रहोगे तो भाजी बड़ा वधिया सरदा वा भाई तुहाडे इवन हिसाब नाल मैं जे मान लो हुण तुसीं कहा 40 लाख आ है ना तुहाडे हिसाब नाल जे असीं ओपरा ओपरा करिए भी किहड़ी चीज़ इनवैसट कर सकदे आ असीं जे नॉर्मल बंदा भी आ बिना स्केल तो भाई हैगा कोई भाई उधर ले इतने ऑप्शन भाजी हुण मैं तो उदा मैनू तो बहुत आईडिया हजे आउंदे रहिंदे मैं तो सच पुछो मैनू ये इस वे लगता हूँ इतने बहुत थावां वा जिथे पैसे ला सकते हैं मैं तुहानू इंडिया भाजी इदा की जगह वा मैं ना दिल्ली गया तो दिल्ली के मैं छोटे छोटे बोर्ड लगे वेखे बड़िया थावां ते वो लिखिया सी कि क्रैडिट कार्ड से पैसे निकलवाएं सिर्फ 2% क्रैडिट कार्ड से पैसे निकलवाएं सिर्फ 3% क्यों क्योंकि जो आप ईटीएम चो कार्ड मार के पैसे कढ़ते हैं वो 4% 5% या 10% वट है वो ज्यादा कढ़ते हैं ओके ना ते दुकाना वाले ने आपदे बोर्ड लाए है कि तुसी साडे शॉपिंग कर लो कार्ड मार के ते हाँ साडे को कैश लै जाओ ते 2% कटा जाओ है ना हाँ क्रेडिट कार्ड वाली कंपनी नू बेवकूफ बनाउणा वा कि इन्हें बिल्कुल शॉपिंग की है इन रियल इन्हें कैश नहीं कटाया सो इंडिया दे विच ते भाजी पैसा हुण इमीग्रेशन का काम तुहानू मैं दसदा हाँ जी इमीग्रेशन के काम दे विच भाजी लोगों ने ना जिन्हां को पैसे है ना 20-30-40-40 लाख उन्होंने लोगों ने
ਕਿਸ ਜਿਹੜੇ ਤਰੀਕੇ ਨਾਲ ਵੀ ਇਨਵੈਸਟ ਕੀਤੇ ਆ, ਇਮੀਗ੍ਰੇਸ਼ਨ ਸੈਂਟਰਾਂ ਨਾਲ ਗੱਲ ਕੀਤੀ ਆ ਕਿ ਸਾਡਾ ਪੈਸਾ ਵਾ, ਤੁਸੀਂ ਨਿਆਣੇ ਦੀਆਂ ਫੀਸਾਂ ਭਰਾ ਦਿਓ। ਹੁਣ ਮੈਂ ਤੁਹਾਨੂੰ ਗੱਲ ਦੱਸਦਾ ਕਿ ਭਾਜੀ ਪਤਾ ਤੁਸੀਂ ਕੀ ਵਿਆਜ ਲੈ ਰਹੇ ਲੋਕੀ, ਮਹੀਨੇ ਦਾ 3-3%। ਹਾਂਜੀ ਹੁਣ 3% ਤੇ ਭਾਜੀ ਜੇ ਤੁਹਾਡਾ ਤੁਹਾਡੇ ਕੋਲ 40 ਲੱਖ ਰੁਪਈਆ ਨਾ, ਜੇ ਤੁਹਾਡਾ ਰਾਈਟਲੀ ਇਨਵੈਸਟਡ ਆ, ਤੁਹਾਨੂੰ ਉਹ 3% ਤੁਹਾਨੂੰ 2 ਵੀ ਦੇਣ ਡਿਆ ਵਾ, ਤੇ ਤੁਹਾਡੇ ਕੋਲ ਤੁਸੀਂ ਹਿਸਾਬ ਲਾ ਲਓ ਕਿੱਥੇ ਗੇਮ ਜਾਣੀ ਹੈ। ਇੱਥੇ ਮੈਂ ਦੱਸਦਾ ਲੋਕਾਂ ਨੇ, ਚਲੋ ਆਪਾਂ ਪਹਿਲਾਂ ਇਸੇ ਟੌਪਿਕ ਤੇ ਰਹਿੰਦੇ, ਲੋਕਾਂ ਦੀ ਸ਼ਰਮ ਦੀ ਗੱਲ ਬਾਅਦ ਚ ਲਾਵਾਂਗੇ। ਵੀ ਇੱਥੋਂ ਇਮੀਗ੍ਰੇਸ਼ਨ ਤੋਂ ਮੈਨੂੰ ਕਈ ਚੀਜ਼ਾਂ ਬੜਾ ਕਾਲਾ ਬਜ਼ਾਰੀ ਆ ਭਾਜੀ, ਟੂ ਮੱਚ ਕਾਲਾ ਬਜ਼ਾਰੀ ਆ ਇਹਦੇ ਵਿੱਚ। ਬਿਲਕੁਲ ਬਿਲਕੁਲ। ਤੇ ਹਾਂ, ਬਾਕੀ ਪੈਸੇ ਇਨਵੈਸਟ ਕਰਨ ਦੀ ਭਾਜੀ ਬਹੁਤ ਕੁਛ ਆ, ਮੈਨੂੰ ਲੱਗਦਾ ਹੁੰਦਾ ਮੈਂ ਹੁਣ ਰੀਸੈਂਟਲੀ ਨਾ ਗੱਡੀਆਂ ਦਾ ਵੀ ਆਪਣਾ ਲੱਗਾ ਬਿਜ਼ਨਸ ਕਰਨ, ਵੀ ਕਾਰ ਬਾਜ਼ਾਰ ਰੈਂਟ ਤੇ ਦਿਆ ਕਰਨੇ। ਨਹੀਂ ਨਹੀਂ ਭਾਜੀ, ਗੱਡੀਆਂ ਰੈਂਟ ਤੇ ਦੇਣੀਆਂ NRI ਓਕੇ। ਨੂੰ। ਮੈਂ ਕਿਹਾ ਯਾਰ ਮੇਰੇ ਕੋਲ ਡਰਾਈਵਰ ਖਲੋਤੀ ਰਹਿੰਦੀ ਹੈ, ਸਾਡੇ ਕੋਲ ਹੋਰ ਵੀ ਗੱਡੀ ਹੈਗੀ ਆ, ਮੇਰੇ ਇੱਕ ਦੋ ਯਾਰ ਦਾ ਉਸ ਤੱਕ ਐਕਸਟਰਾ ਗੱਡੀਆਂ ਹੈਗੀਆਂ ਵਾ, ਤੇ ਮੈਂ ਇਕੱਠੀਆਂ ਕਰਕੇ ਨਾ ਉਹ ਸਾਰਿਆਂ ਦੀਆਂ ਗੱਡੀਆਂ ਕਹਿਣਾ ਵੀ ਖਲੋਤੀਆਂ ਹੀ ਆ ਤੁਹਾਡੀਆਂ, ਮੈਂ ਤੁਹਾਨੂੰ ਰੈਂਟ ਦੇ ਦਿਆ ਕਰੂੰਗਾ। ਹਾਂਜੀ ਉਹ ਮੈਂ ਜਿਹੜੇ NRI ਆਉਂਦੇ ਆ ਉਹ ਆਪਣੇ ਯੂਟਿਊਬ ਵਟ ਐਵਰ ਦੇ ਥਰੂ ਹਾਂਜੀ ਰੈਂਟ ਕਰ ਦਿਆ ਕਰੂੰਗਾ, ਬਿਲਕੁਲ ਤੇ NRI ਵੀ ਸੌਖੇ ਤੇ ਕੋਈ ਨਾ ਕੋਈ ਗੱਡੀ ਵੀ ਅਰਨਿੰਗ ਲੈ ਆਊਗੀ। ਸਭ ਤੋਂ ਵਧੀਆ ਆ ਭਾਜੀ, NRI ਲਈ ਵੀ ਬਹੁਤ ਵਧੀਆ ਪਏ, ਜਾ ਕੇ ਸਿਰਫ ਰੈਂਟ ਤੇ ਹੀ ਲਓ ਆਪਣੀ ਗੱਡੀ, ਉੱਥੇ ਕਾਠ ਮਾਰ ਕੇ ਨਾ ਰੱਖੋ 11 ਮਹੀਨਿਆਂ ਲਈ, 1 ਮਹੀਨਾ ਚਲਾਣੇ ਸਾਲ ਦੇ ਵਿੱਚ। ਹਾਂ ਬਸ 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 ਹਾਂਜੀ, ਇਹ ਹੈਗੀਆਂ ਚੀਜ਼ਾਂ। ਤੇ ਭਾਜੀ ਬਹੁਤ ਕੁਛ ਆ ਭਾਜੀ, ਛੋਟੇ ਈਵਨ ਵੀ ਕੁਛ ਵੀ ਖੋਲ ਲਓ ਭਾਜੀ, ਇਸ ਵੇਲੇ ਤੁਸੀਂ ਫੂਡ ਦੀ ਕੋਈ ਵੀ ਇਸ ਵੇਲੇ ਖੋਲ ਲਓ। ਮੇਰੇ ਨਾਲ ਸਾਡੇ ਪਿੰਡ ਅੱਡੇ ਤੇ ਗੋਲਗੱਪਿਆਂ ਦੀ ਰੇਹੜੀ ਲਾਉਂਦਾ ਬੰਦਾ, 40-45 ਲੱਖ ਭਰ ਕੇ USA ਚਲਾ ਗਿਆ, ਤੇ ਉਹ ਬੰਦਾ ਕਹਿੰਦਾ USA ਜਾ ਕੇ ਕਹਿੰਦਾ ਮੈਂ ਗਲਤੀ ਕਰਨੀ ਆ। ਅੱਛਾ, ਗੋਲਗੱਪਿਆਂ ਦੀ ਰੇਹੜੀ ਵਾਲਾ ਉਹ ਭਾਜੀ। ਅੱਗੇ ਹੀ ਇੱਕ ਦਿਨ ਮੇਰਾ ਯਾਰ ਦੋਸਤ ਆ ਉੱਥੋਂ ਸਪੇਨ ਤੋਂ ਹੀ, ਉਹ ਮੁੰਡੇ ਦਾ ਨਾਂ ਵਿਕਾਸ ਆ, ਤੇ ਅਸੀਂ ਆਏ ਤੇ ਉਹਨੇ ਬੜੀ ਵਧੀਆ ਉਹਨੇ ਵੀ ਗੱਲ ਇੱਕ ਕੀਤੀ, ਉਹ ਵੀ ਕਿਸੇ ਇੱਕ ਹੋਰ ਆਈਲੈਂਡ ਤੇ ਉਹਦਾ ਰੈਸਟੋਰੈਂਟ ਦਾ ਬਿਜ਼ਨਸ ਆ, ਤੇ ਮੇਰਾ ਕਿਸੇ ਹੋਰ ਆਈਲੈਂਡ ਤੇ ਆ। ਤੇ ਉਹ ਕਹਿੰਦਾ ਕਹਿੰਦਾ ਸਾਹਿਬ ਵੀ ਵੇਲਾ, ਕਹਿੰਦਾ ਆਪਣੇ ਉੱਥੇ ਆਈਲੈਂਡ ਦੀ ਪਾਪੂਲੇਸ਼ਨ 9-10 ਲੱਖ ਆ, ਕਹਿੰਦਾ ਆਪਾਂ 9-10 ਲੱਖ ਚ ਬਿਜ਼ਨਸ ਕੱਢ ਲਈਦਾ, ਕਹਿੰਦਾ ਇੱਥੇ ਕਰੋੜਾਂ, ਕਹਿੰਦਾ ਹਨਾ ਉਹੋ ਹੀ ਉਹ ਜਲੰਧਰ ਲੁਧਿਆਣੇ, ਕਹਿੰਦਾ ਉੱਡੀ ਉੱਡੀ ਕਹਿੰਦਾ ਕਿੱਡੇ ਕਿੱਡੇ ਸ਼ਹਿਰ ਆ, ਕਿੰਨੇ ਕਿੰਨੇ ਲੱਖਾਂ ਦੇ ਕਹਿੰਦਾ, ਤੇ ਲੋਕੀ ਖਰਚਦੇ ਵੀ ਆ। ਉਹਨੇ ਇੱਕ ਬੜੀ ਦੇ ਗੱਲ ਕਹੀ, ਮੈਂ ਨਾਂ ਤੇ ਨੀ ਚੱਲੋ ਇਹ ਫਰੈਂਚਾਈਜ਼ ਦਾ ਲੈਣਾ, ਉਹਨੇ ਬੜੀ ਦੇ ਗੱਲ ਕਹੀ, ਕਹਿੰਦਾ ਪਹਿਲਾਂ ਮੈਂ ਭਰਾਵਾ ਰੈਸਟੋਰੈਂਟ ਖੋਲਿਆ, ਉਹਨੇ ਵੀ ਭਾਜੀ ਇੰਡੀਆ 'ਚ ਰੈਸਟੋਰੈਂਟ ਖੋਲਿਆ ਮੁੰਡੇ ਨੇ। ਅੱਛਾ ਜੀ। ਤੇ ਉਹਨੇ ਇੰਡੀਆ ਰੈਸਟੋਰੈਂਟ ਖੋਲਿਆ ਤੇ ਕਹਿੰਦਾ ਯਾਰ ਮੈਂ ਰੈਸਟੋਰੈਂਟ ਖੋਲਿਆ, ਤੇ ਕਹਿੰਦਾ ਸ਼ੁਰੂ 'ਚ ਇੰਨਾ ਨੀ ਚੱਲਿਆ, ਕਹਿੰਦਾ ਜੀ, ਕਹਿੰਦਾ ਬਾਅਦ 'ਚ ਮੈਂ ਰੇਟ ਚੱਕਤੇ, ਹਾਂ ਕਹਿੰਦਾ ਉਹ ਇੰਨਾ ਚੱਲਿਆ, ਕਹਿੰਦਾ ਮੇਰੇ ਕੋਲ 2500-2500 ਰੁਪਈਏ ਦਾ ਵੀ ਪੀਜ਼ਾ ਹੈਗਾ, ਕਹਿੰਦਾ 2500 ਦਾ ਪੀਜ਼ਾ ਇੰਡੀਆ ਦੇ ਵਿੱਚ, ਇੰਡੀਆ ਦੇ ਵਿੱਚ ਕਹਿੰਦਾ ਜਦੋਂ ਤੋਂ ਮੈਂ ਰੇਟ ਚੱਕਤੇ, ਜਦੋਂ ਤੋਂ ਕਹਿੰਦਾ ਮੈਂ ਰੇਟ ਚੱਕਤੇ, ਕਹਿੰਦਾ ਮੇਰਾ ਹੋਰ ਚੱਲਦਾ, ਕਹਿੰਦਾ ਓਏ ਸ਼ੇਟ, ਲੋਕਾਂ ਨੂੰ ਲੱਗਦਾ ਵੀ ਇਹ ਕਲਾਸ ਆ ਹਨਾ। ਹਾਂ ਉਹ ਬਿਲਕੁਲ ਭਾਜੀ, ਮੈਂ ਆ ਥੋੜੇ ਕੁ ਦਿਨ ਪਹਿਲਾਂ ਉਹ ਦੇਖਦਾ ਸੀਗਾ ਆਪਣਾ ਫਿਜ਼ਿਕਸ ਵਾਲਾ ਦੀ ਆਈ ਹੈ ਨਾ ਵੈਬ ਸੀਰੀਜ਼। ਅੱਛਾ, ਨਹੀਂ ਮੈਂ ਨਹੀਂ ਦੇਖੀ। ਫਿਜ਼ਿਕਸ ਵਾਲਾ ਟੀਚਰ ਆ ਜਿੱਦਾਂ, ਤੇ ਯੂਟਿਊਬ ਤੇ ਉਹਦੀ ਹੁਣ ਜਿੱਦਾਂ ਸੀਰੀਜ਼ ਆਈ ਆ, ਉਹਦੇ ਚ ਉਹ ਕਹਿੰਦਾ ਹੁੰਦਾ ਵੀ ਮੈਂ ਨਿਆਣਿਆਂ ਨੂੰ ਫ੍ਰੀ ਵਾਂਗੂ ਹੀ ਪੜ੍ਹਾਉਣਾ ਹਨਾ ਵੀਡੀਓਜ਼ ਦੇ ਥਰੂ, ਤੇ ਇੱਕ ਆਪਣੇ ਉਹ ਨੋਟਸ ਬਣਾ ਬਣਾ ਕੇ 50-50 ਰੁਪਏ ਦੇ ਰੱਖ ਦਿੰਦਾ ਪਏ ਹਨਾ, ਵੀ ਨਿਆਣੇ ਨੂੰ ਚੱਲ ਕੰਮ ਆਊਗੇ ਜਿਹੜੇ ਗਰੀਬ ਆ 50 ਰੁਪਏ ਦੇ। ਇੱਕ ਉਹਦੇ ਕੋਲ ਫਿਰ ਬੰਦਾ ਆਉਂਦਾ ਐਪ ਡਿਵੈਲਪਰ, ਤਾਂ ਉਹ ਕਹਿੰਦਾ ਸਾਡੇ ਕੋਲੋਂ ਐਪ ਬਣਵਾ ਲਓ ਤੇ ਤੇਰਾ ਕੰਮ ਵਧੀਆ। ਉਹ ਕਹਿੰਦਾ ਭਰਾ 50-50 ਦਾ ਤਾਂ ਕੋਈ ਖਰੀਦਦਾ ਨੀ ਹੈਗਾ, ਮੈਂ ਤੇਰੇ ਤੋਂ ਕੀ ਕਰਾਉਣਾ। ਉਹ ਕਹਿੰਦਾ ਤੂੰ ਰੱਖਿਓ 50 ਦੇ ਤਾਂ ਨੀ ਖਰੀਦਦਾ, 500-1500 ਰੱਖ ਦੇਖੀ ਕਿੱਦਾਂ ਵਿਕਦੇ, ਉਹ ਸੱਚੀ ਚੇਂਜ ਕਰਦਾ ਉਹ ਵਿਕਣ ਲੱਗ ਪੈਂਦੇ ਆ। ਜਿਹੜਾ ਸਾਨੂੰ ਦੂਰੋਂ ਲਗਜ਼ਰੀ ਦਿਖੂਗਾ, ਬਿਲਡਿੰਗ ਵਧੀਆ ਦਿਸੂਗੀ ਹੈ ਨਾ, ਸਾਡੇ ਮਨ ਦੇ ਵਿੱਚ ਆਟੋਮੈਟਿਕਲੀ ਹੋ ਜਾਂਦਾ ਇਹੀ ਵਧੀਆ ਆ, ਫੀਸ ਵੀ ਇਹਨਾਂ ਦੀ ਕਿਉਂਕਿ ਜ਼ਿਆਦਾ ਆ, ਅਸੀਂ ਟੀਚਰ ਨੀ ਦੇਖਦੇ, ਅਸੀਂ ਉੱਥੇ ਦਾ ਕਰੀਕੁਲਮ ਨੀ ਦੇਖਦੇ ਵੀ ਕੀ ਹਿਸਾਬ ਕਿਤਾਬ, ਪਤਾ ਨੀ ਕਾਹਦੇ ਸਾਡੇ ਮਨ ਚ ਬਣਿਆ ਪਏ ਮਹਿੰਗੀ ਚੀਜ਼ ਹੀ ਵਧੀਆ, ਜਿੱਦਾਂ ਬ੍ਰਾਂਡ ਨੂੰ ਵੀ ਅਸੀਂ ਦੇਖਦੇ ਆ ਬ੍ਰਾਂਡ, ਹੁਣ ਅਸੀਂ ਮਹਿੰਗੀ ਚੀਜ਼ ਲੈਂਦੇ ਉਹ ਵੀ ਤਾਂ ਖਰਾਬ ਹੁੰਦੀ ਆ। ਨਹੀਂ, ਇਹ ਤਾਂ ਹੈ, ਚਲੋ ਫਰਕ ਵੀ ਹੁੰਦਾ, ਪਰ ਜ਼ਿਆਦਾ ਹਾਈਪ ਵੈਸੇ ਹੀ ਹੁੰਦੀ ਆ, 80-90% ਉਹ ਬਸ ਉਹ ਵਰਥ ਨਹੀਂ ਹੁੰਦੀ ਚੀਜ਼ ਜਿੰਨੀ ਉਹਦਾ ਪ੍ਰਾਈਸ। ਹੁਣ 2-2 ਹਜ਼ਾਰ, 5-5 ਹਜ਼ਾਰ ਦੀਆਂ ਯੂਰੋ ਦੇ ਕੱਪੜੇ ਜੈਕਟਾਂ ਹਨਾ, ਇਹਨਾਂ ਦੇ ਇੰਨਾ ਮਹਿੰਗਾ ਤਾਂ ਮਟੀਰੀਅਲ ਹੈ ਨੀ ਉਹ ਚ, ਕਿਹੜਾ ਕੋਈ ਕੋਈ ਕੁਛ ਵੀ ਨੀ ਹੈਗਾ ਭਾਜੀ, ਨਾ ਆ ਬਸ ਉਹਨਾਂ ਨੇ ਬਣਾ ਤਾ, ਇੱਕ ਅੱਧੀ ਵਾਰ ਸੈਲਿਬ੍ਰਿਟੀ ਤੋਂ ਪਵਾ ਦਿੰਦੇ ਆ, ਆ ਮੜਿਆ ਸ਼ੋਅ ਚ ਪਾ ਲਈ ਆਪਣੇ, ਚੱਲ ਉਹਦੇ ਨਾਲ ਥੋੜੀ ਕੋਈ ਫਰਕ ਪੈਂਦਾ। ਤੁਸੀਂ ਨੀ ਭਾਈ ਸੋਚਿਆ ਫੂਡ ਬਾਰੇ ਆਪਣਾ ਇੰਡੀਆ ਚ ਕੁਛ, ਕਿਉਂਕਿ ਤੁਹਾਡੇ ਤਾਂ ਮੈਂ ਭਾਜੀ ਨਹੀਂ ਸੋਚਿਆ ਸੋਚਿਆ ਭਾਜੀ ਆਪਾਂ ਉਹ ਵੀ ਕਰ ਦੇਣਾ ਵਾ, ਇੱਕ ਖੋਲਾਂਗੇ ਰੈਸਟੋਰੈਂਟ ਜਾਂ ਇਸੇ ਸਾਲ ਦੇ ਐਂਡ ਤੱਕ ਜਾਂ ਅਗਲੇ ਸਾਲ ਦੇ ਫਸਟ ਕੁਆਟਰ ਤੱਕ। ਹਾਂਜੀ ਠੀਕ ਆ, ਕੀ ਨਾਂ, ਕੀ ਸਪੇਨ ਚ ਕੀ ਨਾਂ ਰੱਖਿਆ ਬਾਈ ਤੁਸੀਂ ਆਪਣੇ ਰੈਸਟੋਰੈਂਟ ਦਾ? ਭਾਜੀ ਸਪੇਨ ਚ ਦੇ, ਹਾਂ ਨਹੀਂ ਸਪੇਨ ਚ ਸਾਡੇ ਭਾਜੀ
ਕੁਝ ਕੁ ਰੈਸਟੋਰੈਂਟਾਂ ਦੇ ਨਾਂ ਹੈਗੇ ਆ ਦਿੱਲੀ ਦਰਬਾਰ, ਇੱਕ ਦਾ ਨਾਂ ਹੈਗਾ ਵਾ ਸਿਜ਼ਲਿੰਗ ਪੰਜਾਬ, ਇੱਕ ਦਾ ਨਾਂ ਹੈਗਾ ਵਾ ਸਪਾਈਸ ਐਮਪਾਇਰ, ਹਾਂਜੀ ਇੱਦਾਂ ਵੱਖ ਵੱਖ, ਹਾਂਜੀ ਓਕੇ ਤੇ ਹੈ ਇੱਥੇ ਹੁਣ ਕੀ ਨਾ ਹਾਂ ਕੁਝ ਹੋਰ ਰੱਖਣਾ ਜਾਂ ਉਹਨਾਂ 'ਚ ਹੀ ਕੁਝ ਰੱਖਣਾ? ਇੱਥੇ ਨਹੀਂ, ਇੱਥੇ ਭਾਜੀ ਕੁਝ ਵੱਖਰਾ ਜਿਹਾ ਰੱਖਾਂਗੇ, ਇੱਥੇ ਨਾ ਮੈਂ ਇੱਥੇ ਸੋਚ ਮੈਂ ਕਹਿੰਦਾ ਜਾਊਂਗਾ ਕਿ ਅੰਗਰੇਜ਼ੀ 'ਚ ਰੱਖਣਾ ਪੈਣਾ ਜਾਂ ਬਾਹਰਲਾ ਕੋਈ ਨਾ ਰੱਖਣਾ ਪੈਣਾ? ਉਹ ਭਾਜੀ ਮੈਂ ਨਾ ਹੈਰਾਨ ਹੁੰਦਾ ਵਾ, ਇੱਥੇ ਕੈਨੇਡਾ ਦੇ ਪੰਜਾਬ 'ਚ ਨਾ ਕੈਨੇਡਾ ਦੇ ਨਾਂ ਤੇ ਜੋ ਮਰਜ਼ੀ, ਕੈਨੇਡਾ ਜਾਂ US ਦੇ ਨਾਂ ਤੇ ਲੋਕਾਂ ਨੇ ਪੀਜ਼ੇ ਕੈਨੇਡਾ ਦੇ ਨਾਂ ਤੇ ਪਾਏ ਆ, ਕੈਨੇਡੀਅਨ ਪੀਜ਼ਾ। ਮੈਂ ਕਹਿੰਦਾ ਨਾ ਵੀ ਪੀਜ਼ੇ ਦਾ ਤੇ ਕੈਨੇਡਾ ਦਾ ਕੀ ਸੰਬੰਧ ਆ ਵੀ, ਕੋਈ ਲੈਣਾ ਦੇਣਾ ਹੈਨਾ, ਨਹੀਂ ਹੈਗਾ ਕੋਈ ਵੀ ਦੋਵਾਂ ਚੀਜ਼ ਦਾ ਕੋਈ ਲੈਣਾ ਦੇਣਾ ਵੀ ਨਹੀਂ ਗਾ। ਹਾਂ ਹੋਰ ਕਿਤੇ ਦੁਨੀਆ 'ਚ ਪੀਜ਼ਾ ਵਿਕਦਾ ਵੀ ਇਟਾਲੀਅਨ ਪੀਜ਼ਾ ਕਹਿ ਕੇ ਵਿਕਦਾ ਨਾ, ਵੀ ਜਿਹੜਾ ਬਿਲਕੁਲ ਲੋਕਾਂ ਨੂੰ ਲੱਗੇ ਵੀ ਅਥੈਂਟਿਕ ਚੀਜ਼ ਆ ਹਨਾ। ਬਸ ਹਾਂ, ਹਾਂਜੀ, ਪਰ ਇੱਥੇ ਕੈਨੇਡਾ ਦੇ ਨਾਂ ਤੇ ਵਿਕਦਾ। ਹੁਣ ਇੱਥੇ ਬਾਹਰ ਤੁਸੀਂ ਦੇਖ ਲਓ ਨਾਂ ਰੱਖਣੇ ਪੰਜਾਬੀ, ਦੇਸੀ ਜਾਂ ਸਵਾਦ ਹੋ ਗਿਆ, ਦਰਬਾਰ ਹੋ ਗਿਆ, ਇੰਡੀਆ ਦੇ ਵਿੱਚ ਅੰਗਰੇਜ਼ੀ ਰੱਖਣੇ ਪੈਣੇ ਦੇਖ ਲਓ। ਆਹ ਉਲਟੀ ਹੋ ਗਿਆ ਨਾ, ਉਲਟ ਉਲਟੀ ਚੀਜ਼ ਹੋ ਗਈ ਆ। ਹੁਣ ਅਸੀਂ ਜਦੋਂ ਦਿੱਲੀ ਦਰਬਾਰ ਰੱਖਿਆ ਸੀ, ਹਾਂਜੀ, ਮੈਂ ਨਾ ਮੈਂ ਕਿਹਾ ਯਾਰ ਵੀ ਪਹਿਲਾਂ ਮੈਂ ਕਿਹਾ ਯਾਰ ਆਪਾਂ ਨੂੰ ਇੱਕ ਤੇ ਨਾਂ ਇੱਦਾਂ ਦਾ ਚਾਹੀਦਾ ਵਾ ਕਿ ਨਾਂ ਦੇ ਵਿੱਚੋਂ ਆਪਾਂ ਨੂੰ ਥੱਲੇ ਐਕਸਪਲੇਨ ਨਾ ਕਰਨਾ ਪਵੇ ਕਿ ਵਿੱਕੀ, ਹਾਂਜੀ, ਕੀ ਹੈ ਇਹ, ਇੱਕ ਕਿਹੜਾ ਫੂਡ ਹੈ। ਹਾਂ ਮੈਂ ਕਿਹਾ ਇੱਕ ਤੇ ਇਹ ਹੋਵੇ ਤੇ ਇੱਕ ਮੈਂ ਕਿਹਾ ਵਰਡ ਕੋਈ ਐਸਾ ਵੀ ਹੋਵੇ ਜਿਹਦੇ ਨਾਲ ਉਹ ਉਹਨਾਂ ਨੂੰ ਸਮਝ ਬਣਾ ਆਵੇ ਗੋਰਿਆਂ ਨੂੰ ਵੀ ਇਹਦਾ ਮਤਲਬ ਕੀ, ਉਹਨਾਂ ਨੂੰ ਲੱਗੇ ਵੀ ਇਹ ਉਹਨਾਂ ਨੂੰ ਅਥੈਂਟਿਕ ਜੀ ਲੱਗੇ ਵੀ ਮੈਂ ਓਕੇ ਸਾਨੂੰ ਅਥੈਂਟਿਕ ਹੈ ਪੱਲੇ ਨਹੀਂ ਦੇਸੀ ਪਏ। ਹੈ ਵੀ ਅਥੈਂਟਿਕ ਹੀ ਹੈ ਇਹਨਾਂ ਦਾ ਸਾਰਾ ਕੁਝ ਜੋ ਵੀ ਉਹ ਉਹ ਗੱਲ ਕੀ, ਉਹ ਦਿੱਲੀ ਚੋਂ ਨਿਕਲ ਆਇਆ ਵੀ ਦਿੱਲੀ ਤੋਂ ਪਤਾ ਲੱਗ ਗਿਆ ਵੀ ਓਕੇ ਇੰਡੀਆ ਨਾ, ਦਰਬਾਰ ਤੋਂ ਨਾ ਜਿਵੇਂ ਦਰਬਾਰ ਹਨਾ, ਉਹਨਾਂ ਨੂੰ ਉਹ ਲੱਗ ਨਾ ਗਿਆ ਵੀ ਪਤਾ ਵੀ ਲੱਗੇ ਉਹਨਾਂ ਨੂੰ ਕੁਝ ਸਮਝ ਲਿਆ ਪਈ ਇਹਨਾਂ ਦਾ ਹੀ ਕੋਈ ਵਰਡ ਆ ਕੁਝ ਵਧੀਆ ਹੀ ਹੋਣਾ। ਬਸ ਹਾਂ ਹਾਂ ਬਸ ਬਸ ਹਾਂ, ਸੋ ਦੋਵੇਂ ਚੀਜ਼ਾਂ ਮਿਕਸ ਕਰਦੀ। ਇੱਥੇ ਵੀ ਕੋਈ ਨਾ ਕੋਈ ਏਦਾਂ ਦਾ ਪੇਚਾ ਜਿਹਾ ਲਾਉਣਾ ਪੈਣਾ ਕੋਈ ਨਾ ਕੋਈ ਕਰਾਂਗੇ। ਹਾਂ ਹਾਂ, ਸਹੀ ਹੁਣ ਇੱਥੇ ਕਿੰਨੇ ਵਿਚਾਰ। ਡਿਜ਼ਾਈਨ ਜਿਹਾ ਚੱਲਦੇ ਰਹਿੰਦੇ, ਮੈਂ ਕੋ ਨਾ ਦੋ ਤਿੰਨ ਆ ਭਾਜੀ ਮੇਰੇ ਇੱਥੇ ਡਿਜ਼ਾਈਨ ਚ, ਮੈਂ ਨਾ ਇੱਥੇ ਛੱਤਰਾਂ ਨਹੀਂ ਚਾਹੁੰਦਾ ਬਹੁਤਾ, ਮੈਂ ਇੱਥੇ ਬਿਲਡਿੰਗ ਨਹੀਂ ਖੜੀ ਕਰਨਾ ਚਾਹੁੰਦਾ। ਠੀਕ ਆ, ਮੈਂ ਥੋੜਾ ਜਿਹਾ ਕੁਛ ਦਿਮਾਗ ਚ ਚੱਲੀ ਜਾਂਦੇ ਆਈਡੀਏ, ਵੇਖਾਂਗੇ ਕਿਹੜਾ ਫਾਈਨਲੀ ਡਿਸਾਈਡ ਹੁੰਦਾ। ਪਰ ਕਰਨ ਨੂੰ ਬਹੁਤ ਜੀ ਕਰਦਾ, ਕਰਾਂਗੇ ਭਾਜੀ ਰੈਸਟੋਰੈਂਟ ਤੇ ਇੰਡੀਆ ਚ ਡੈਫੀਨਿਟਲੀ ਕਰਨਾ। ਸਹੀ ਆ, ਨਹੀਂ ਨਹੀਂ ਵਧੀਆ ਵਧੀਆ। ਬੁੱਕ ਕਿਹੜੀ ਪੜ੍ਹਦੇ ਹੁੰਦੇ ਆ ਫੇਰ ਜਿਹੜੇ ਤੁਹਾਨੂੰ ਇੰਨੇ ਆਈਡੀਏ ਆਉਂਦੇ ਆ, ਸੁਣਦੇ ਕੀ ਹੁੰਦੇ ਆ? ਨਹੀਂ ਨਹੀਂ ਉਹ ਨਾ ਪੜ੍ਹਦੇ ਪੁੜਦੇ ਤੇ ਭਾਜੀ ਮੈਂ ਐਡਾ ਹੈ ਨੀ ਗਾ, ਆਹ ਹੀ ਆ ਜੇ ਕਦੀ ਹੁਣ ਬੁੱਕਾਂ ਆਡੀਆਂ ਆਡੀਓ ਬੁੱਕਾਂ ਵਗੈਰਾ ਸੁਣ ਲਈਦੀਆਂ ਵਾ। ਹਾਂਜੀ, ਪਰ ਆਈਡੀਆ ਭਾਜੀ ਆਈ ਡੋਂਟ ਨੋ ਵੀ ਇਹ ਸ਼ਾਇਦ ਵੀ ਸਭ ਨੂੰ ਆਉਂਦੇ ਆ ਕਿ ਨਹੀਂ ਆਉਂਦੇ, ਇਹ ਵੀ ਨੀ ਮੈਨੂੰ ਪਤਾ। ਜਿਹੜਾ ਸੋਚਦਾ ਜਿਹਨੂੰ ਤਾਂਘ ਹੁੰਦੀ ਆ ਕਿ ਮੈਂ ਕੁਛ ਕਰਨਾ ਹੋਰ ਕਰਨਾ, ਜਿਹੜਾ ਟੇਕੇ ਮਤਲਬ ਇੱਕ ਜਗ੍ਹਾ ਟਿਕਾ ਨਹੀਂ ਨਾ ਆਉਂਦਾ, ਮਤਲਬ ਨਹੀਂ ਲੱਭੀਏ ਕੁਛ ਯਾਰ ਹੋਰ, ਇੱਥੇ ਮਜ਼ਾ ਜਿਹਾ ਨਹੀਂ ਆਉਂਦਾ ਪਿਆ, ਜਾਂ ਮੈਂ ਕੁਛ ਹੋਰ ਚਾਹੀਦਾ ਮੈਨੂੰ। ਭਾਜੀ ਕਰਨ ਨੂੰ ਉਹੀ ਨਾ, ਮੈਨੂੰ ਇਹ ਹੁੰਦਾ ਕਿ ਮੈਂ ਵੀ ਕਦੀ ਕਦੇ ਢਿੱਲਾ ਪੈ ਜਾਣਾ। ਫੋਰ ਐਗਜ਼ਾਮਪਲ ਕਾਰਾਂ ਦਾ ਕੰਮ ਨਾ, ਅਸੀਂ ਜਿਹੜਾ ਰੈਂਟ ਤੇ ਇਹ ਨਾ ਅਸੀਂ 2 ਸਾਲ ਦੀ ਸਲਾਹ ਕਰਨ ਡਏ ਹਾਂ। ਓਕੇ, ਅਸਲ ਦੇ ਵਿੱਚ ਨਾ 2 ਸਾਲ ਦੀ ਸਲਾਹ ਕਰੀ ਜਾਂਦੇ ਸੀ, ਹੋਰ ਕੰਮ ਆਸੇ ਪਾਸੇ ਬੜੇ ਚੱਲੀ ਜਾਂਦੇ ਸੀ ਨਾ ਅਸੀਂ, ਕਿਉਂਕਿ ਹੋਰ ਰੈਸਟੋਰੈਂਟ ਖੋਲ ਲਿਆ, ਕਦੀ ਕੁਛ ਕਰ ਲਿਆ, ਇੱਦਾਂ ਦਾ ਚੱਲੀ ਜਾਂਦਾ ਸੀ ਤੇ ਬਿਜ਼ੀ ਸੀ। ਤੇ ਇਹ ਕੰਮ ਨਾ ਰਹਿੰਦਾ ਮੁੰਡਾ, ਉਹ ਵੀ ਵਿਕਾਸ ਹੀ ਆ, ਤੇ ਉਹ ਆਇਆ ਤੇ ਉਹ ਕਿਤੇ ਗੱਡੀ ਕਹਿੰਦੇ ਅਸੀਂ ਰੈਂਟ ਤੇ ਲੈਣੀ ਸੀ, ਸਾਨੂੰ ਗੱਡੀ ਨਾ ਮਿਲੇ ਰੈਂਟ ਤੇ। ਓਕੇ, ਉਹ ਵੀ ਗੱਡੀਆਂ ਉਹ ਕਹਿੰਦੇ ਵੀ ਆਲਰੇਡੀ ਜਿੰਨੀਆਂ ਵੀ ਥਾਵਾਂ ਤੇ ਗਏ ਸਭ ਬੁੱਕ ਬੁੱਕ, ਗੱਡੀ ਨਾ ਮਿਲੇ ਸਾਨੂੰ। ਅੱਛਾ ਜੀ, ਤੇ ਉਹ ਕਹਿੰਦੇ ਆ ਨਾ ਕਿ ਵੀ ਬਿਜ਼ਨਸ ਇਹੀ ਆ ਵੀ ਪ੍ਰੋਬਲਮ ਲੱਭੋ ਤੇ ਉਹਦਾ ਸੋਲੂਸ਼ਨ ਦਾ ਇਹ ਬਿਜ਼ਨਸ ਆ। ਤੇ ਉਹ ਉਹਨੇ ਵੀਰ ਨੇ ਕਹਿੰਦੇ ਅਸੀਂ ਉਸੇ ਦਿਨ ਹੀ ਕੰਪਨੀ ਰਜਿਸਟਰਡ ਕਰਾਤੀ, ਸਾਨੂੰ ਆਪ ਨੂੰ ਗੱਡੀ ਲੱਭੀ ਨਾ ਤੇ ਅਸੀਂ ਉਸ ਦਿਨ ਜਾ ਕੇ ਕੰਪਨੀ ਰਜਿਸਟਰਡ ਕਰਾਤੀ ਵੀ ਆਪਾਂ ਇਹ ਤੋਂ ਕੰਮ ਖੋਲ੍ਹਣਾ ਹੈ। ਓਕੇ, ਤੇ ਫਿਰ ਮੈਨੂੰ ਉਸ ਤੋਂ ਮੈਂ ਕਿਹਾ ਯਾਰ ਵੀ ਅਸੀਂ 2 ਸਾਲ ਤੇ ਸੋਚੀ ਜਾਂਦੇ, ਬੰਦੇ ਨੂੰ ਇੱਕ ਦਿਨ ਗੱਡੀ ਨਹੀਂ ਲੱਭੀ, ਉਹਨੇ ਉਦਣ ਹੀ ਬਿਜ਼ਨਸ ਖੋਲਤਾ ਹਨਾ। ਮੈਂ ਕਿਹਾ ਆਪਾਂ ਵੀ ਮੈਂ ਖੋਲੀਏ ਫਿਰ ਆਪਾਂ ਸਟਾਰਟ। ਉਹਨਾਂ ਨੇ ਤਾਂ ਇਨਵੈਸਟਮੈਂਟ ਦੀ ਲੋੜ ਨਹੀਂ, ਤੁਹਾਡੇ ਕੋਲ ਤਾਂ ਖੜੀਆਂ ਇਹਨਾਂ ਨੇ ਗੱਡੀਆਂ ਹੈਗੀਆਂ ਆਲਰੇਡੀ। ਹਾਂ, ਫਿਰ ਮੈਨੂੰ ਇਹ ਲੱਗਾ ਕਿ ਕੋਈ ਨਾ ਵੀ ਆਪਾਂ, ਮੇਰੇ ਕੋਲ 5-7 ਗੱਡੀਆਂ ਮੇਰੀ ਨਗਾਹ ਦੇ ਵਿੱਚ ਹੈਗੀਆਂ ਸੀ, ਮੈਂ ਕਿਹਾ ਇਹ 5-7 ਨੂੰ ਪਹਿਲਾਂ ਆਪਾਂ ਰੈਂਟ ਤੇ ਕਰਾਂਗੇ, ਫਿਰ ਮੈਂ ਕਿਹਾ ਵੀ ਆਪਾਂ 5-7 ਤੋਂ ਬਾਦ ਫਿਰ ਰਿਸਪੌਂਸ ਦੇ ਹਿਸਾਬ ਨਾਲ ਆਪਾਂ ਅੱਗੇ। ਮਤਲਬ ਤੁਸੀਂ ਇਦਾਂ ਸੋਚਦੇ ਵੀ ਪਹਿਲਾਂ ਮੈਂ ਆਪ ਲੈ ਲਵਾਂ ਰੈਂਟ ਤੇ ਉਹਨਾਂ ਦੇ ਕੋਲੋਂ, ਫਿਰ ਅੱਗੇ ਦਵਾਂ ਉਹਨਾਂ ਨੂੰ? ਹਾਂ, ਉਹੀ ਹੈ ਨਾ, 3-4 ਤਾਂ ਹੈਗੀਆਂ ਜਿਨ੍ਹਾਂ ਦਾ ਮੈਨੂੰ ਰੈਂਟ ਦੇਣ ਦੀ ਲੋੜ ਨਹੀਂ ਗੀ, ਉਹ ਫਰੈਂਡ ਆ। ਭਾਜੀ ਉਬਰ ਮੰਗੋ ਕਰੋ ਤੁਸੀਂ, ਤੂੰ ਖੜੀਆਂ ਰਹਿਣ ਦੋ ਆਪਣੇ ਘਰਾਂ 'ਚ ਜੀ, ਤੁਹਾਡੇ ਕੋਲ ਆਊਗਾ ਤਾਂ ਉੱਥੋਂ ਜਾ ਕੇ ਚੱਕ ਲੈ, ਜਿੱਦਾਂ ਉਬਰ ਕਰਦੀ ਹੈ ਬਸ। ਇਹ ਵੀ ਆਈਡੀਆ ਹੈਗਾ ਸੀ, ਇਹ ਹੈਗਾ ਸੀ ਨਵੀਨ ਦਾ ਅਸਲ ਦੇ ਵਿੱਚ, ਹਾਂਜੀ, ਯੂਐਸ ਵਾਲੇ ਮੁੰਡੇ ਦਾ। ਓਕੇ, ਉਹਦਾ ਵੀ ਇਹੀ ਜੋ ਕਹਿੰਦਾ ਸੀ, ਜਿੰਨੀਆਂ ਲੋਕਾਂ ਦੇ ਘਰੇ ਗੱਡੀਆਂ ਖਲੋਤੀਆਂ ਨਾ ਵਿਹਲੀਆਂ, ਕਹਿੰਦਾ ਉਹਨਾਂ ਨੂੰ ਲਿਸਟ ਕਰੀਏ, ਉਹਨਾਂ ਦਾ ਕਹਿੰਦਾ ਬਿਲਕੁਲ ਡਾਟਾ ਬਣਾ ਕੇ, ਤੇ ਕਹਿੰਦਾ ਉਹਨਾਂ ਨੂੰ ਲਿਸਟ ਕਰਕੇ ਤੇ ਲਿਸਟ ਕਰਕੇ ਤੇ ਕਹਿੰਦਾ ਫਿਰ ਆਪੇ ਕਹਿੰਦਾ ਲਾਗੇ ਲੋਕੀ ਪਿੰਡ 'ਚ ਸਰਚ ਕਰ ਲੈਣਗੇ ਮੇਰੇ ਲਾਗੇ ਕਿਹੜੀ ਕਿਹੜੀ ਗੱਡੀ ਅਵੇਲੇਬਲ ਆ, ਕਿਹੜੇ ਘਰੇ ਹਨਾ, ਉਹਦੀਆਂ ਫੋਟੋਆਂ ਪਈਆਂ ਹੋਣ, ਤੇ ਲੋਕੀ ਆਪਣੇ ਘਰਾਂ ਦੇ ਬੈਠੇ ਦੇ ਅਵੇਲੇਬਿਲਟੀ ਵਧਾ ਦਿਆ ਕਰਨ, ਘਟਾ ਦਿਆ ਕਰਨ, ਜਿੱਦਾਂ ਉਬਰ ਆ।
हाँ अवेलेबल आ हो, ये भी एक आइडिया, नवीन दा ही बड़ा वधिया, पर वो थोड़ा जा वो आई थिंक वो भी ढिला पै गया हो, उन्हें सोचा तो बड़ा वो आइडिया तो सी आहो। पर ये ज्यादा नहीं वधिया बड़े आइडिया, आइडिया, ताड़ी टेंशन नहीं रहनी भाजी बिच। नहीं नहीं ये तो है, ये तो है, ये तो है, ये तो है, भी गल होंगी सारे काम आप ही नहीं कर लेने आहो। ये भी हाँ है, पर ये भारी यार आप बड़े नहीं सोचते, जिहड़ियां वड्डियां हाँ मच्छियां मगरमच्छ इत्थे बैठे हुआ ना, एमेजोन हो गया, टेस्ला हो गया, ये साले कहंदे सारा कुछ ही असी कर लीए, बस होर कोई रहे ना। ये हुण टेस्ला ना देख लो तो किधर है किधर बड़ी भाई, जांदे। हांजी आहो ने बांदर मुंह या साइबर ट्रैक बनाता, ओदी हाइप क्रिएट हो जाती है, वो वेलो ओदी किदा दी लोका ओ हो। भाजी, ओ बंदे दा दिमाग बहुत है, ओदा प्रोडक्ट आवे ना आवे ओदी हाइप रहनी रहनी है, बंदे दी ओदी गल हो ही जानी है मार्केट दे विच। ए जिदा कह ये लो ना तो है, ये पॉप तो है। कल्चर, जिदा हुण ट्रंप भी हुंदा सीगा पहला, चाहे ओ कोई ओदा बयान पॉलिटिकली नहीं भी हुंदा सीगा, पर ओ किसे ना किसे तरीके राही मीडिया च ही रहिंदा हुंदा सी। हाँ नहीं ये तो है, नहीं है तो इनोवेटिव आ, बंदे ने इन्ने भी रिस्क लाए ना, कड़े टाइम आ कड़ियां कंपनी इन्वेस्ट करता, ते हुण ओ सारियां ओ कह ही दिंदे आ भी जदों आ इहदी आ स्पेस एक्स या बोरिंग कंपनी भी लिस्टड हो गई है पब्लिक, ते हाँ उदों जी इन्हें अपने आप कहिंदे दुनिया दा पहला ट्रिलियनर बन जाणा वा। नहीं हैगा तो भारी, ये नो तो डाउट जीनियस है, पर है, चक्कर यह चलो है जिद्द वेखो। नूं हुण इनोवेशन करदे पए आ। हुण कई बारी आंदा पे कि ये फ्यूचर दे विच सारिआं लई वधिया भी होगी जां सिर्फ कुछ कु लोकां लई ही वधिया है ये चीज़, है ना। भाजी ये ना मैं ऑलरेडी ना कल मैं एकदम तुरया जाता, कई बार सोची तो दे ना, मैंने लगता दुनिया बड़ी तेजी ने बदल रही है। फिर मैंने लगता होंगे कि इस वे ना ये राइट टाइम आ हरेक आस्ते अपने आस्ते फार्मिंग लैंड रखने का, कि होर कुछ ना कुछ एसेट बनाओ या ना बनाओ, अपनी वाही जोगी खाण जोगी जमीन जरूर रखो, सही क्योंकि गल है, कुछ नहीं पता कल नू की होना। भी मैनू कई लगता हुंदा भी आने वाले टाइम दे विच जिद्दां तुसीं इह बिजनेस इहनां दी गल करन डए भी इह कहिंदे सारे बिजनेस ऐसे ही कर लईए, पता नहीं इहनां कंपनियां दी मोनोपोली इन्नी हो जाणी कि आपां हरेक काम दे विच इहनां ने होणा वा, क्योंकि इहदी झाक तुहाडे US ते कैनेडा बहुत क्लीयर मिलदी है, तुहाडे बिल्कुल वड्डियां कंपनियां दी बहुत मोनोपोली है। जदों तुसीं कदे यूरोप आओगे ना, तुसीं एक चीज़ देखोगे कि छोटे छोटे बिजनेस आ लोकां दे, हाँ जी छोटे बुटीक आ, छोटियां फ्रूट दियां दुकानां वा, उत्थे ना ये चीजा चलदियां, पर तुहाड़े उत्थे हरेक चीज दे विच वड्डियां कंपनियां बड़ियां वा। बहुत तो सही वो गल कई है। बार लगदा हुंदा कि ये चीज जदों वर्ल्ड वाइड इदां ही होगी ते आम बंदे दे हत्थां चो बिजनेस भी बाहर हो गया, फिर ते इहो होगा, जां तां तुसीं उहनां दे विच इन्वेस्ट कर लो, उहनां दे विच इन्वेस्ट करके फायदा लै लो। ते ये फिर ये भी हुंदा यार, पता नहीं ये सारा कुछ कदी जिहड़ा मॉडल जिहड़ा दुनिया जिधर नूं जा रही है धड़ाम करके नहीं डिगणा। सो बंदे को घट्टो घट अपनी खाण जोगा कोई चार दाणे जोगी जमीन तो होवे जिथों सब्जियां ला के खा लूगा। तो मैं बिल्कुल हुण मैनूं लगता हुंदा भी फ्यूचर दा तां पता नहीं गा भी की होणा वा, पर चलो जे बाला माड़ा भी हो गया बंदे नूं चाहीदी तो रोटी आ, घट्टो घट 100 किला 2 किले जमीन भरावा, भावें बाहर बिल्कुल, वाल मैं भावें इंडिया वा। टोटली हाँ भाजी एग्री हां तुहाडे नाल। मैं जिद्दां जिहड़ी टेक्नोलॉजी आंदी है ना, मैं वैसे उहनूं घट सपोर्ट करदा जां मैं बड़ा फैन नहीं हैगा जिद्दां जिद्दां नवीं नवीं इनोवेशन आ रही है ना, क्योंकि इंसानियत तो दूर जा रहे हैं, नेचर तो असीं बहुत दूर जा रहे हैं, है ना। ते जिहड़ी जिहड़े बंदे हैगे नूं मार्केट इदां करदे आ पे, ये जो हजे नुकसान हो रहे आ, हजे असीं जिहड़ी है ना पे मतलब ओ लेवल ते आ पे, हजे असीं देख रहे आ पे की सही आ की नहीं सही हैगा, पे अगे जाके सारिआं लई वधिया चीज़ हो जाणी आ। पर मैं नहीं इदां सोचदा हैगा, ये कदी नहीं इदां होणा हैगा। इन्हां ने अगे तो अगे वधी जाणा वधी जाणा, इन्हां ने नहीं देखणा पे ओवरऑल किसे लई वधिया हो रहा जां नहीं हो रहा, इन्हां ने अपना सोचणा आ। नहीं उन्होंने तो प्रॉफिट दा वा। हाँ मतलब जे 200 250 300 सालों तो जा तो रेवोल्यूशन हुई है इंडस्ट्री दी, जे हजे तक इन्हां नूं लब्भा नहीं हैगा, ए अगे भी नहीं इन्हां नूं लब्भना, जा तां इन्हां नूं लब्भदा आ ते अपने लिए यूज करदे आ, लोकां लिए नहीं यूज करदे हैगे, ये अगे भी इदी चली जाणा है। भाई हुण आ जिहड़ा हुण कहना चाहीदा फाइजर कंपनी वाले है ना, हुण आपां ओड़ अक्षर नहीं वरतने, पता नहीं है कई वारी नेट वाले कर दिंदे हुंदे ओ टीके है ना, हुण उहनां दे साडे वर्गे नूं भी लगदा सी कि दुनिया दियां टोटल सरकारां एडा बैड स्टैप नहीं लै रहियां होणगियां, भी उहनां ने ऑफकोर्स
ਸਟੱਡੀ ਕੀਤਾ ਹੋਊਗਾ ਤਾਂ ਹੀ ਲੋਕਾਂ ਨੂੰ ਲਾ ਰਹੇ ਹੋਣਗੇ, ਪਰ ਹੁਣ ਕਿਤੇ ਨਾ ਕਿਤੇ ਸ਼ੱਕ ਹੁੰਦਾ ਵਾ ਵੀ ਉਹ ਜਿਵੇਂ ਉਹ ਕੰਪਨੀਆਂ ਹੀ ਬੈਕਫੁੱਟ ਤੇ ਜਾਂਦੀਆਂ ਵਾ। ਆ ਫਾਈਜ਼ਰ ਵਾਲੇ ਨੇ ਨੀ ਆ ਕੇ ਯੂਰਪ ਦੇ ਵਿੱਚ ਉਹਨੇ ਬਿਆਨ ਦਿੱਤਾ ਸੀ, ਉਹਨੂੰ ਬੁਲਾਇਆ ਗਿਆ ਸੀ, ਉਹਨੇ ਹਾਂਜੀ ਉਹ ਮੁੱਕਰ ਹੀ ਗਿਆ ਸੀ। ਉਹ ਕਹਿੰਦਾ ਵੀ ਇਹ ਨੀ ਸੀ ਟੀਕਾ ਸਾਡਾ, ਕੋਈ ਇਮਿਊਨਿਟੀ ਨੀ ਸੀ ਦਿੰਦਾ ਇੱਕ ਤੋਂ ਦੂਸਰੇ ਨੂੰ। ਹਾਂ ਇਹ ਵੀ ਭਾਜੀ ਤਾਂ ਟ੍ਰਾਂਸਮਿਸ਼ਨ ਬਹੁਤ ਨੀ ਸੀ ਰੋਕਦਾ। ਹਾਂ ਹਾਂ ਇਹਦੇ ਹਾਂ ਨਹੀਂ ਰੁਕਦੀ ਨਹੀਂ ਹੈਗੀ, ਉਹੀ ਤਾਂ ਗੱਲ ਹੈ ਵੀ ਫਿਰ ਲਾਈ ਕਦੇ ਜਾਂਦੇ ਆ ਤੁਸੀਂ, ਹਾਂ ਉਸ ਉਹ ਤੋਂ ਬਾਅਦ ਚ ਹੁਣ ਬੰਦਾ ਗੱਲਾਂ ਬਾਹਰ ਆ ਬਿਮਾਰ ਵੀ ਗਈਆਂ। ਹੋ ਰਿਹਾ ਆ, ਵਾਇਰਸ ਕੈਰੀ ਵੀ ਕਰ ਰਿਹਾ ਤੇ ਟ੍ਰਾਂਸਫਰ ਵੀ ਕਰ ਰਿਹਾ। ਹਾਂ ਬਸ ਉਹ ਬਸ ਜਿਹੜੇ ਬੰਦੇ ਨੂੰ ਵੈਕਸੀਨ ਨਹੀਂ ਲੱਗੀ ਉਹ ਵੀ ਸੇਮ ਚੀਜ਼ ਕਰਦਾ ਪਿਆ ਆ। ਮਤਲਬ ਕਿੱਦਾਂ ਇਹਨਾਂ ਨੇ ਜਬਰਦਸਤੀ ਕੀਤੀ ਇਹ ਚੀਜ਼ ਦੇ ਵਿੱਚ, ਤਾਂ ਚਲੋ ਬਹੁਤ ਘਟੀਆ ਕੰਮ ਕੀਤਾ ਇਹਨਾਂ ਨੇ। ਇਹ ਫਰੀਡਮ ਹੋਣੀ ਚਾਹੀਦੀ ਸੀ, ਪਰ ਚਲੋ ਹੁਣ ਵੀ ਫਰੀਡਮ ਹੈਗੀ ਆ ਵੀ ਜੇ ਤੁਸੀਂ ਫਰੀਡਮ ਲੈਣੀ ਆ ਤਾਂ ਤੁਹਾਨੂੰ ਪੇ ਕਰਨਾ ਪੈਣਾ ਕਿ ਤੁਸੀਂ ਟਰੈਵਲ ਨਾ ਕਰੋ, ਇਹਦੀ ਕੀਮਤ ਇਹ ਆ ਹਨਾ। ਤੇ ਪਰ ਫਿਰ ਇਹੀ ਵੀ ਹੈ ਇਹੀ ਕਿਤੇ ਨਾ ਹੈ। ਕਿਤੇ ਧੱਕਾ ਆ ਇਹ। ਨਹੀਂ ਨਹੀਂ ਆਹੋ ਕੀਤਾ ਗਿਆ ਉਹੀ ਨਾ, ਆਪਾਂ ਜੇ ਕਹਿ ਦਈਏ ਵੀ ਸਰਕਾਰਾਂ ਨੇ ਜਾਂ ਇਹ ਕੰਪਨੀਆਂ ਨੇ ਇਨਸਾਨੀਅਤ ਲਈ ਆਲਵੇਜ਼ ਰਾਈਟ ਚਾਹੁੰਦਾ, ਇਹ ਨਹੀਂ ਹੈਗਾ। ਕੰਪਨੀਆਂ ਨੇ ਪ੍ਰੋਫਿਟ ਹੀ ਚਾਹੁੰਦਾ, ਤੇ ਜੇ ਕਿਸੇ ਨੇ ਉਹ ਪਿੱਛੇ ਹੁਣ ਜੇ ਨਾ ਇੱਕ ਹੈਗੀ ਆ ਉਹ ਹੈਗਾ ਵਾ, ਉਹ ਮੈਨੂੰ ਪੂਰਾ ਨਾਂ ਨਹੀਂ ਯਾਦ, ਅਕਾਊਂਟ ਦਾ ਵੇਰੀਤਾਸ ਨਾਂ ਤੇ ਅਕਾਊਂਟ ਆ, VERITES। ਓਕੇ ਤੇ ਉਹਨਾਂ ਨੇ ਸਟਿੰਗ ਜਿਹੇ ਆਪਰੇਸ਼ਨ ਕੀਤੇ ਦੇ ਇਹਨਾਂ ਦੇ ਕੁਝ ਸਟਾਫ ਦੇ, ਉਹਦੇ ਵਿੱਚ ਬੜੀਆਂ ਸ਼ੌਕਿੰਗ ਜਿਹੀਆਂ ਗੱਲਾਂ ਕੀਤੀਆਂ ਉਹਨਾਂ ਦੇ ਸਟਾਫ ਨੇ ਵੀ ਅਸੀਂ ਵੀ ਕੀ ਕੁਛ ਕਰ ਰਹੇ ਹਾਂ, ਅਸੀਂ ਕਿੱਦਾਂ ਉਹਦੇ ਨਾਲ ਛੇੜਖਾਨੀ ਕਰਨ ਡਿਆ ਵਾਇਰਸ ਨਾਲ, ਅਸੀਂ ਕੀ ਕਰ ਰਹੇ ਹਾਂ। ਤੋਂ ਕਨਫੈਸ ਵੀ ਕਰਦਾ ਕਿ ਸਾਨੂੰ ਵੀ ਪਤਾ ਵਾ ਕਿ ਇਹਦੇ ਨਾਲ ਲੋਕਾਂ ਨੂੰ ਕੀ ਪ੍ਰੋਬਲਮ ਆ ਰਹੀਆਂ ਹੁਣ ਆਫਟਰ ਵੈਕਸੀਨ, ਵੀ ਜਨਾਨੀਆਂ ਦਾ ਉਹਨਾਂ ਨੂੰ ਮਹਾਂਮਾਰੀ ਦੇ ਵਿੱਚ ਸਮੱਸਿਆ ਆ ਰਹੀਆਂ, ਜਣੇਪੇ 'ਚ ਸਮੱਸਿਆ ਆ ਰਹੀਆਂ, ਜਾਂ ਬੰਦਿਆਂ ਨੂੰ ਕੀ ਹੋ ਰਿਹਾ ਵਾ, ਬੰਦਿਆਂ ਨੂੰ ਹਾਰਟ ਅਟੈਕ ਦੀ ਦੰਦੀਆਂ, ਪ੍ਰੋਬਲਮ ਜਾਂ ਕੋਈ ਹਾਂ ਹੋਰ ਹਾਰਟ ਪ੍ਰੋਬਲਮ ਆ ਅਟੈਕ, ਰਹੀ ਆ। ਹਾਂ ਵੀ ਉਹ ਹਾਂ ਉਹ ਹਾਸਾ ਸਕਿੜਿਆ ਕਨਫੈਸ ਕਰਨਾ ਉਹ। ਤੇ ਹਾਂ ਹੁਣ ਮੈਂ ਨਾ ਬੜਾ ਵਧੀਆ ਕਰਦਾ ਹੁੰਦਾ, ਮੈਂ ਨਾ ਜੇ ਕੱਲ੍ਹ ਪਰਸੋਂ ਸੋਚਣ ਡਿਆ ਸੀ, ਉਹ ਨਾ ਮੇਰਾ ਜਦੋਂ ਨਾ ਵਲੋਗਰਾਂ ਦੇ ਨਾਲ ਮੈਂ ਇੱਕ ਵਾਰੀ ਉਦੋਂ ਕਿ ਮੈਂ ਬੜਾ ਹਾਈਲਾਈਟ ਹੋਇਆ ਸੀ ਜਦੋਂ ਮੈਂ ਮੈਂ ਉਸ ਇਹ ਗੱਲ ਵੇਲੇ ਤੁਹਾਨੂੰ ਕੀਤੀ ਸੀ ਦੇਖਿਆ ਸੀਗਾ, ਮੇਰਾ ਭਰਾ ਸਪੇਨ 'ਚ ਆ, ਹਾਂ ਤੇ ਅੱਛਾ ਉਹ ਕਹਿੰਦੇ ਯਾਰ ਉਹੀ ਸਾਬੀ ਦਾ ਚੈਨਲ ਬਹੁਤ ਵਧੀਆ, ਉਹਨੂੰ ਦੇਖੀ ਹਨਾ, ਵੀ ਉਹ ਟਰੈਵਲ ਕਰਦੇ ਆ ਓਕੇ ਤੇ, ਓਕੇ ਪਰ ਮੈਂ ਉਹ ਓਕੇ ਵੀ ਤੁਹਾਡੀਆਂ ਦੇਖੀਆਂ ਸੀਗੀਆਂ, ਤੇ ਪਰ ਇੱਕ ਤੁਹਾਡੀ ਹਾਂ ਮੈਂ ਬਲੌਗਰਾਂ ਵਾਲੀ ਵੀ ਦੇਖੀ ਸੀਗੀ, ਪਰ ਮੈਂ ਇੱਕੋ ਹੀ ਦੇਖੀ ਸੀਗੀ ਉਹ। ਉੱਥੇ ਨਾ ਮੈਂ ਉੱਥੇ ਉਦੋਂ ਕਿ ਮੈਂ ਕਿਹਾ ਸੀ, ਤੇ ਉਹ ਕਹਿਣ ਉਹਨਾਂ ਨੇ ਨਾ ਆਪਣੀ ਡਿਫੈਂਸ 'ਚ ਕਿਹਾ, ਕਹਿੰਦੇ ਲੈ ਇਹਨਾਂ ਨੂੰ ਬੇਵਕੂਫਾਂ ਨੂੰ ਵੀ ਪਤਾ ਇਹ ਇੱਕ ਟਰਮ ਹੁੰਦੀ ਆ, ਇਹਨਾਂ ਨੂੰ ਵੀ ਲੋਗ ਆਉਂਦੇ ਆ ਹਨਾ ਇੱਦਾਂ ਉੱਦਾਂ। ਤੇ ਮੈਂ ਉਦੋਂ ਵੀ ਗੱਲ ਕਹੀ ਸੀ, ਮੈਂ ਕਿਹਾ ਵੀ ਇਹ ਜ਼ਰੂਰੀ ਨੀਗਾ ਵੀ ਕਿਸੇ ਚੀਜ਼ ਨੂੰ ਕੋਈ ਕੈਟਾਗਰੀ ਤੁਹਾਡੇ ਲਈ ਯੂਟਿਊਬ ਨੇ ਕ੍ਰੀਏਟ ਕਰਤੀ ਹੈ ਤਾਂ ਸਹੀ ਸਹੀ ਹੈ ਨਾ, ਵੀ ਕੱਲ ਨੂੰ ਬਿਲਕੁਲ ਮੈਂ ਕਿਹਾ ਉਹ ਕੁਝ ਵੀ ਕਹਿ ਦੇਣਗੇ, ਉਹ ਕਹਿ ਦੇਣਗੇ ਵੀ ਇਹ ਟੱਟੀ ਬੁਲਾਓਗਾ, ਤਾਂ ਮੈਂ ਕਿਹਾ ਤੁਸੀਂ ਹੁਣ ਉਹ ਥੋੜੀ ਪਾਉਣ ਲੱਗ ਪਾਓਗੇ ਬਿਲਕੁਲ ਟੱਟੀਆਂ ਬਿਲਕੁਲ, ਜਾਂ ਆਪਣਾ ਦਿਮਾਗ ਤੇ ਯੂਜ਼ ਕਰਨਾ ਚਾਹੀਦਾ ਆ। ਬੰਦੇ ਨੂੰ। ਹਾਂ ਤੇ ਫਿਰ ਨਾ ਮੈਂ ਆਹੀ ਸੋਚਣ ਡਿਆ ਹੁਣ ਨਾ, ਕੱਲ ਪਰਸੋਂ ਚਿੱਟਾ ਕੈਨੇਡਾ ਜਿੱਦਾਂ ਉਹਨਾਂ ਨੇ ਕਹਿ ਤਾ ਵੀ 2.5 ਗ੍ਰਾਮ ਤੱਕ ਰੱਖ ਸਕਦੇ ਹਾਂ ਦੇ ਹਾਂ ਦੇ ਹੈਰੋਇਨ ਲਓ ਜਾਂ ਸਮਥਿੰਗ, ਤੇ ਮੈਂ ਕਿਹਾ ਵੀ ਹੁਣ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਆਪਣੇ ਜਵਾਕਾਂ ਦੇ ਜੇਬ 'ਚ 2-2.5 ਗ੍ਰਾਮ ਪਾ ਦਿਆ ਕਰੋ, ਗਵਰਨਮੈਂਟ ਲਾਅ ਸਾਰੇ ਵੀ ਕਰਦੀ ਆ। ਆਪਣੀਆਂ ਤੀਵੀਆਂ ਨੂੰ ਮੰਮੀਆਂ ਨੂੰ ਡੈਡੀਆਂ ਨੂੰ ਹਾਂ ਛਕਾਓ, ਫਿਰ ਹਾਂ ਇਕੱਠੇ ਰਾਤ ਨੂੰ ਡਿਨਰ ਤੋਂ ਬਾਅਦ 'ਚ ਫਿਰ ਲੱਗਣਾ ਚਾਹੀਦਾ ਇਕੱਠੇ ਰਲ ਲ ਖਿੱਚੋ ਵੀ ਗਵਰਨਮੈਂਟ ਅਲਾਓ ਕਰਦੀ 2.5-2.5 ਗ੍ਰਾਮ ਆ ਉਹ। ਸੋ ਗੱਲ ਟੋਟਲ ਗੱਲ ਇਹੀ ਮੁੱਕਦੀ ਕਿ ਜੋ ਵੀ ਗਵਰਨਮੈਂਟ ਕਰ ਰਹੀ ਹੈ ਜ਼ਰੂਰੀ ਨਹੀਂ ਕਿ ਸਾਡੇ ਸਾਰਿਆਂ ਲਈ ਸਹੀ ਕਰ ਰਹੀ। ਹਾਂ ਗਵਰਨਮੈਂਟ ਭਾਜੀ ਕੁਝ ਕੁ ਜ਼ਰੂਰੀ ਲੋਕੀ ਵੀ ਤਾਂ ਆ ਹੀ ਟੁੱਟ ਕੇ ਰਹਿੰਦੇ ਆ। ਬਿਲਕੁਲ, ਹੁਣ ਮੈਂ ਕਈ ਵਾਰ ਸੋਚਦਾ ਵੀ ਗਵਰਨਮੈਂਟ ਜ਼ਰੂਰੀ ਵੀ ਆ, ਪਰ ਇਦਾਂ ਵੀ ਨਹੀਂ ਹੈਗਾ ਕਿ ਉਹ ਸਾਰਾ ਕੁਝ ਹੀ ਸਹੀ ਸੀ ਕਰ ਰਹੀ ਆ। ਜੇ ਪਰਸੈਂਟੇਜ ਵੀ ਕੱਢੀਆ 5 ਤੋਂ 10% ਨਹੀਂ ਟੱਪਣਾ ਉਹਨਾਂ ਨੇ ਸਹੀ ਕੰਮਾਂ ਦੇ ਵਿੱਚ ਵੀ, ਪਰ ਚੱਕਰ ਕੀ ਆ ਉਹ ਜ਼ਰੂਰੀ ਵੀ ਆ ਉਹ ਬੰਨ ਕੇ ਰੱਖਣ ਲਈ ਲੋਕਾਂ ਨੂੰ, ਨਹੀਂ ਤਾਂ ਇਸੇ ਖਲਾਰਾ ਪੈ ਜਾਣਾ ਤੁਹਾਨੂੰ ਪਤਾ ਹੀ ਆ ਭਾਜੀ, ਜੇ ਨਾ ਰੂਲ ਹੋਊਗੇ ਜਾਂ ਕੁਛ ਵੀ ਹੋਊਗਾ ਹਨਾ। ਕੋਦ ਹੁਣ ਆਪਾਂ ਨੂੰ ਡਰ ਹੀ ਮਾਰਦੇ ਕਈ ਵਾਰੀ, ਬੰਦੇ ਨੂੰ ਗੁੱਸਾ ਚੜ੍ਹਦਾ ਬੰਦਾ ਕਈ ਕੁਛ ਸੋਚਦਾ, ਨਹੀਂ ਤੇ ਕਾਨੂੰਨ ਵਗੈਰਾ ਨਾ ਹੋਣ ਤੇ ਬੰਦਾ ਤੇ ਮੈਂ ਨਾ ਦੋਵਾਂ ਤਿੰਨਾਂ ਦਿਨਾਂ ਦੀ ਦੁਨੀਆ ਉਥਲ ਪੁਥਲ ਹੋ ਜਾਏ ਨਾ, ਕਿਸੇ ਜਦੋਂ ਕਾਨੂੰਨ ਖਲਾਰਾ ਨੀ ਪੈ ਸੀ ਜਾਣਾ ਕਦੀ ਇੱਥੇ ਭਾਜੀ। ਕਦੀ ਕਦੀ ਧਰਮ ਦਾ ਡਰ ਵਿਖਾਇਆ ਗਿਆ ਲੋਕਾਂ ਨੂੰ, ਨਰਕ ਸਵਰਗ ਦੇ ਡਰ ਨਾਲ ਕਾਬੂ ਰੱਖੇ, ਜਦੋਂ ਨਰਕ ਸਵਰਗ ਦਾ ਨਿਕਲਣ ਲੱਗਾ ਕਾਨੂੰਨਾਂ ਦਾ ਡਰ ਆ ਗਿਆ। ਪਰਸੋਂ ਨਾ ਕੋਈ ਇਹੋ ਹੀ ਇੱਥੇ ਮਾਈਗ੍ਰੇਸ਼ਨ ਤੇ ਗੱਲ ਹੋਣ ਡਈ ਸੀ, ਹਾਂਜੀ ਤੇ ਕਿਸੇ ਨੇ ਇੱਦਾਂ ਬੈਠੇ ਗੱਲ ਵੀ ਇਹ ਕੀਤੀ ਕਿ ਆਹੀ ਹਨਾ ਵੀ ਗੱਲ ਤੁਰ ਪਈ ਵੀ ਪੰਜਾਬ 'ਚ ਫਲਾਣਾ ਆਉਂਦਾ ਮਾਈਗ੍ਰੇਸ਼ਨ ਰੋਕਣੀ, ਉਹ ਕਰਨਾ ਉਹ ਕਰਨਾ। ਤਾਂ ਮੈਂ ਕਿਹਾ ਭਰਾਵਾ ਵੀ ਸਾਡੇ ਲੋਕੀ ਬਹੁਤ ਦੋਗਲੇ ਆ, ਮੈਂ ਕਿਹਾ ਵੀ ਮਾਈਗ੍ਰੇਸ਼ਨ, ਮੈਂ ਕਿਹਾ ਵੀ ਯਾਰ ਵੀ ਜ਼ਮੀਨ ਆਪਣੇ ਕੋਲ ਬਥੇਰਾ ਕੁਛ ਸੀ, ਮੈਂ ਕਿਹਾ ਵੀ ਆਪਾਂ ਹੁਣ ਕਹਿੰਦੇ ਅਸੀਂ ਗੱਡੀਆਂ ਵੀ ਹਨਾ ਵੀ ਮਹਿੰਗੀਆਂ ਤੋਂ ਮਹਿੰਗੀਆਂ ਝੂਟੀਏ, ਉਹ ਵੀ ਇੱਕ ਹੋਵੇ ਸਾਡੇ ਕੋਲ, ਇਹ ਵੀ ਹੋਵੇ, ਤੇ ਫਿਰ ਵੀ ਮਿਲ ਵੀ ਸਾਨੂੰ ਇੱਥੇ ਹੀ ਜਾਵੇ ਸਾਰਾ ਕੁਛ ਇੰਨੀ ਜਗ੍ਹਾ ਦੇ ਵਿੱਚੋਂ ਹੀ, ਵੀ ਇਹ ਚੀਜ਼ਾਂ ਸਾਰੀਆਂ ਨਹੀਂ ਪੋਸੀਬਲ ਹੁੰਦੀਆਂ। ਈਵਨ
ਹੁਣ ਮੈਂ ਸੱਚੀ ਗੱਲ ਆ ਨਾ, ਹੁਣ ਓਕੇ ਦੁਨੀਆਂ ਦੇ ਅਮੀਰ ਤਰੀਨ ਮੁਲਕ USA ਆ, ਤੁਸੀਂ ਲਾ ਲਓ ਨਾਰਵੇ ਲਾ ਲਓ ਸਵਿਟਜ਼ਰਲੈਂਡ ਲਾ ਲਓ ਜਿਹੜੇ ਵੀ ਏਦਾਂ ਲਕਸਮਬਰਗ, ਉੱਥੇ 20 ਕਿੱਲੇ ਪੈਲੀ ਦੇ ਨਾਲ ਤੁਸੀਂ ਕਰ ਲਓਗੇ ਸਾਰਾ ਕੁਛ, ਜਿਹੜੀ ਐਸ਼ ਅਸੀਂ ਇੱਥੇ ਭਾਲਦੇ ਹਾਂ 20-25 ਕਿੱਲੇ, ਤੁਹਾਡੇ ਕੋਲ USA 25 ਕਿੱਲੇ ਹੋਣ, ਹਾਂਜੀ ਆਜੂਗੇ ਸਾਰਾ ਕੁਛ, ਉਹ ਔਖਾ ਯਾਰ ਕੁਛ ਤੁਹਾਡੇ ਵੀ ਨੀ ਭਾਜੀ। ਆਉਂਦਾ। ਹਾਂ 25 ਕਿੱਲਿਆਂ ਚ ਕੀ ਆਉਂਦਾ, ਸਾਡੇ ਵੀ ਉੱਥੇ ਖੇਤੀ ਹੁੰਦੀ ਹੈ, 25-30 ਕਿੱਲਿਆਂ ਚ ਕੁਛ ਵੀ ਨੀ ਨਿਕਲਦਾ ਉਹ। ਹਾਂ ਅਸੀਂ ਉਹ ਤਾਂ 25-30 ਕਿੱਲਿਆਂ ਚੋਂ ਅਸੀਂ ਸੁੱਖ ਦੀ ਰੋਟੀ ਖਾ ਸਕਦੇ, ਸਾਡੀਆਂ ਬੇਸਿਕ ਲੋੜਾਂ ਪੂਰੀਆਂ ਹੋ ਸਕਦੀਆਂ, 25 ਕਿੱਲਿਆਂ ਦੇ ਨਾਲ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਲਗਜ਼ਰੀ ਨਹੀਂ ਅਫੋਰਡ ਹੋ ਸਕਦੀ। ਬਿਲਕੁਲ, ਨਾਲੇ ਹੁਣ ਭਾਜੀ ਲਗਜ਼ਰੀ ਦੀ ਵੀ ਜਿਹੜੀ ਉਹ ਡੈਫੀਨੇਸ਼ਨ ਹੁਣ ਚੇਂਜ ਹੋ ਗਈ, ਸਾਨੂੰ ਅੱਗੇ ਜਿਹੜੀ ਲਗਜ਼ਰੀ ਜਾਂ ਅਮੀਰ ਲੋਕੀ ਲੱਗਦੇ ਹੁੰਦੇ ਸੀ, ਹੁਣ ਉਹ ਤਾਂ ਅਮੀਰ ਹੈ ਨਹੀਂ, ਉਹ ਤਾਂ ਮਿਡਲ ਕਲਾਸ 'ਚ ਆ ਗਏ ਉਹ ਨਾਲੇ। ਹੁਣ ਜਦੋਂ ਅਸੀਂ ਉਸ ਜਗ੍ਹਾ ਤੇ ਥੋੜ੍ਹਾ ਜਿਹਾ ਪਹੁੰਚਣ ਲੱਗੇ ਆ। ਕੱਲ ਪਰਸੋਂ ਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਕੱਲ ਪਰਸੋਂ ਨਾ ਮੈਂ ਇੱਥੇ ਕਰੂੰਗਾ ਇੱਕ ਨਾ ਪੋਡਕਾਸਟ ਵੀ ਕਰੂੰਗਾ, ਚਾਹੇ 'ਚ ਮੈਂ ਨਾ ਕੱਲ ਪਰਸੋਂ ਬੈਠਾ ਤੇ ਉਹ ਮੈਂ ਇਹ ਗੱਲ ਕਰਾਂ, ਮੈਂ ਕਿਹਾ ਵੀ ਜਿਹੜੇ ਨਾ ਮੁੰਡੇ ਹੁਣ ਵਿਚਾਰੇ ਨਵੇਂ ਬਾਹਰ ਜਾਂਦੇ, ਮੈਂ ਕਿਹਾ ਮੈਂ ਵੀ ਉਹ ਹੀ ਸੀ, ਪਰ ਮੈਂ ਕਿਹਾ ਮੈਂ ਇੱਕ ਫੀਲਿੰਗ ਸਾਂਝੀ ਕਰਦਾ, ਮੈਂ ਕਿਹਾ ਵੀ ਮੁੰਡੇ ਏਅਰਪੋਰਟਾਂ ਤੇ ਜਾਂਦੇ ਆ ਪਹਿਲੀ ਵਾਰ ਜਦੋਂ ਜਹਾਜ਼ ਚੜ੍ਹਨਾ, ਮੈਂ ਕਿਹਾ ਫੋਟੋਆਂ ਖਿੱਚ ਖਿੱਚ ਪਾਉਂਦੇ ਆ ਵੀ ਆਪਾਂ ਨਾ ਜਿਵੇਂ ਆ ਹੋਣਾ, ਮੈਂ ਅਪਰ ਕਲਾਸ 'ਚ ਬਹੁਤ ਅਮੀਰ ਹੋ ਗਿਆ ਵਾ, ਮੈਂ ਜਹਾਜ਼ 'ਚ ਬੈਠਾ ਵਾਂ, ਮੈਂ ਫਲਾਈ ਕਰ ਰਿਹਾ ਵਾਂ ਹਨਾ, ਤੇ ਮੈਂ ਵੈਨਕੂਵਰ ਉਤਰ ਰਿਹਾ, ਮੈਂ ਲਾਸ ਏਂਜਲਸ ਉਤਰ ਰਿਹਾ ਹਨਾ, ਵੀ ਚੈੱਕ ਇਨ ਪਾਉਂਦੇ ਆ, ਅਮੀਰਾਂ ਵਾਲੀ ਫੀਲਿੰਗ ਪਾਉਂਦੇ ਆ। ਤੇ ਮੈਂ ਮੁੰਡੇ ਨੂੰ ਦੱਸਿਆ, ਮੈਂ ਕਿਹਾ ਯਾਰ ਇੱਕ ਵਾਰੀ ਨਾ ਅੱਜ ਤੋਂ ਮੈਨੂੰ ਲੱਗਦਾ 4 ਕੁ ਸਾਲ ਪਹਿਲਾਂ ਨਾ, ਮੈਂ ਕਿਹਾ ਯਾਰ ਵੀ ਆਪਾਂ ਨਾ ਬਿਜ਼ਨਸ ਕਲਾਸ 'ਚ ਜਾਣਾ ਇੰਡੀਆ, ਹਾਂਜੀ ਮੈਂ ਕਿਹਾ ਵੀ ਏਦਾਂ ਹੀ ਸੋਚ ਲਿਆ, ਮੈਂ ਕਿਹਾ ਚੱਲ ਯਾਰ ਹੁਣ ਤੇ ਠੀਕ ਆ ਆਮਦਨੀ ਠੀਕ ਆ, ਕੱਲ ਨੂੰ ਪਤਾ ਨੀ 15-20 ਸਾਲਾਂ ਨੂੰ ਫੇਰ ਹੋਣੀ ਕਿ ਨਹੀਂ ਹੋਣੀ, ਮੈਂ ਕਿਹਾ ਵੀ ਆਪਾਂ ਬਿਜ਼ਨਸ ਕਲਾਸ ਜਾਣਾ। ਮੈਂ ਭਾਜੀ ਬਿਜ਼ਨਸ ਕਲਾਸ ਜਦੋਂ ਟਰੈਵਲ ਕੀਤਾ ਨਾ, ਤੇ ਪਹਿਲੀ ਵਾਰੀ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਕੋ, ਤੇ ਮੈਂ ਜਦੋਂ ਉਹਨੇ ਟਰੈਵਲ ਕੀਤਾ ਤੇ ਭਾਜੀ ਉਹ ਤੇ ਹੈਗੀ ਵੀ ਉਹ ਫਿਨਲੈਂਡ ਦੀ ਸੀ ਏਅਰਲਾਈਨ, ਓਕੇ, ਤੇ ਫਿਨਏਅਰ, ਤੇ ਉਹ ਘੈਂਟ ਸੀ, ਤੇ ਉਹ ਭਾਜੀ ਉਹਦੀ ਬਿਜ਼ਨਸ ਕਲਾਸ ਬਾਹਲੀ ਘੈਂਟ, ਉਹ ਤੇ ਵੀ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੈਂ ਭਰਾਵਾ ਪਾਸਾ ਲਿਆ ਤੇ ਸੁੱਤਾ ਸੀ ਮੈਂ ਬੈੱਡ ਬਣਾ ਕੇ, ਤੇ ਮੈਂ ਕਿਹਾ ਮੇਰੇ ਜਿੱਦਾਂ ਇੱਕ ਸਾਈਡ ਤੋਂ ਮਾੜਾ ਜਿਹਾ ਕੰਬਲ ਤਾਂ ਚੱਕਿਆ ਗਿਆ, ਤੇ ਮੈਂ ਕਿਹਾ ਉਹ ਆ ਕੇ ਐਂ ਸੈੱਟ ਕਰਕੇ ਗਈ ਐਂ ਏਅਰ ਹੋਸਟਸ, ਤੇ ਮੈਂ ਕਿਹਾ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਵੀ ਹਨਾ ਕਦੀ ਕਦੇ ਅਸੀਂ ਭੂਤ ਰਿਹਾ ਹੋਇਆ ਟਰੈਵਲ ਕਰ ਰਹੇ ਨਾ, ਪਰ ਮੈਂ ਫਿਰ ਮੈਂ ਨਾ ਹੁਣ ਮੈਂ ਕਿਹਾ ਵੀ ਮੈਂ ਉਦੋਂ ਤੋਂ ਇਹ ਅਹਿਸਾਸ ਵੇਖ ਲਿਆ ਵੀ ਜਿਹੜੇ ਪਿਛਲੀਆਂ ਸੀਟਾਂ ਤੇ ਬੈਠੇ ਸੋਚੀ ਜਾਂਦੇ ਨਾ ਵੀ ਅਸੀਂ ਦੁਨੀਆਂ ਦੇ ਫੰਨੇ ਖਾਵਾਂ, ਅਸੀਂ ਵੈਨਕੂਵਰ ਉਤਰਨ ਡਏ ਅਸੀਂ, ਮੈਂ ਕਿਹਾ ਇਹਨਾਂ ਨੂੰ ਪਤਾ ਹੀ ਨੀਗਾ ਅੱਗੇ ਕੀ ਹੋਣ ਡਿਆ ਜਾ ਅੱਗੇ ਕੀ ਹੋਰ। ਬਿਲਕੁਲ ਭਾਜੀ, ਉਹ ਫਿਰ ਮੈਂ ਕਿਹਾ ਵੀ ਅਸਲ ਚ ਦੁਨੀਆਂ ਵੀ ਏਦਾਂ ਹੀ ਆ, ਜਿਹਨਾਂ ਨੂੰ ਜਿਹੜੀ ਅੱਜ ਪੰਜਾਬ ਦੇ ਵਿੱਚ ਜਿਹੜਾ ਮਹਿੰਗੀ ਗੱਡੀ ਲੈ ਕੇ ਜਾਂ ਕਿਤੇ ਵੀ ਦੁਨੀਆਂ ਤੇ ਗੱਡੀ ਲੈ ਕੇ ਉਹ ਫੂਕੀ ਜਾਂ ਉਹ ਫੀਲ ਹੀ ਨੀ ਛੱਕ ਰਿਹਾ ਨਾ, ਮੈਂ ਕਿਤੇ ਫੰਨੇ ਖਾ ਬਣ ਗਿਆ, ਉਹਨੂੰ ਪਤਾ ਹੀ ਨੀਗਾ ਕਿ ਉੱਪਰਲੇ ਲੈਵਲ ਤੇ ਕੀ ਹੋ ਰਿਹਾ ਆ। ਹਾਂ ਵੀ ਉਹਨਾਂ ਵਾਸਤੇ ਇਹ ਨਿੱਕੀਆਂ ਨਿੱਕੀਆਂ ਇਹ ਗਿਰੀਆਂ ਹੀ ਆ, ਇਹ ਮੂੰਗਫਲੀ ਆ ਜਿਹੜੀਆਂ ਤਾਂ ਹਨਾ ਉਹ ਦੇਖਣ ਨੂੰ ਵੀ ਨਹੀਂ ਮਿਲਦੇ, ਉਹਨਾਂ ਦੀ ਲਾਈਫ ਜਿਹੜੇ ਜ਼ਿਆਦਾ ਰਿਚ ਆ ਪਿਓ ਕਰਦੇ। ਹੁਣ ਇਲੋਨ ਮਾਸਕ ਬਾਰੇ ਸਾਨੂੰ ਸਾਰਿਆਂ ਨੂੰ ਪਤਾ, ਜਾਂ ਬਿਲ ਗੇਟਸ ਬਾਰੇ ਸਾਨੂੰ ਪਤਾ ਥੋੜੀ, ਉਹਦਾ ਘਰ ਕਿੱਦਾਂ ਦਾ, ਕਿੱਦਾਂ ਰਹਿੰਦੇ ਆ, ਕੀ ਹਿਸਾਬ ਕਿਤਾਬ ਆ ਉਹਨਾਂ ਦੇ ਘਰ ਦੇ ਵਿੱਚ, ਹਨਾ। ਤੇ ਨਹੀਂ, ਜਿਹੜੀ ਅਸਲੀ ਲਗਜ਼ਰੀ ਕਹਿ ਲਓ ਜਾਂ ਕੁਛ ਵੀ ਆ, ਪਰ ਪਹਿਲੀ ਗੱਲ ਤਾਂ ਉਹ ਬੰਦੇ ਵੀ ਭਾਜੀ ਦੇਖ ਲਓ ਬਾਅਦ ਵਿੱਚ ਸ਼ਾਂਤੀ ਭਾਲਦੇ ਆ ਪੈਸਾ ਕਮਾ ਕੇ ਵੀ। ਭਾਜੀ ਦੁਨੀਆਂ ਦਾ ਅਲਟੀਮੇਟ ਤੁਸੀਂ ਜਿੱਥੇ ਮਰਜ਼ੀ ਭੱਜ ਲਓ, ਜਾਨੀ ਕਿ ਜਿਹੜਾ ਅੰਤ ਆ ਨਾ ਜਿਹੜੀ ਉਹ ਜਿੱਥੇ ਬਿੰਦੀ ਮੁੱਕਦੀ ਆ ਉਹ ਸ਼ਾਂਤੀ ਤੇ ਖੁਸ਼ੀ ਆ, ਸਬਰ ਹਾਂ ਭਾਵੇਂ। ਹਾਂ ਬਸ ਹਾਂ, ਮੈਂ ਪਹਿਲਾਂ ਉਹਨਾਂ ਨੂੰ ਨਾ ਅਸੀਂ ਵੀ ਕਹਿੰਦੇ ਨੇ ਵੀ ਕੁਝ ਲੋਕ ਬੇਵਕੂਫ ਆ ਜਿਹੜੇ ਕਰਦੇ ਏਦਾਂ ਤਾਂ ਕਰਦੇ, ਪਰ ਹੁਣ ਲੱਗਦਾ ਹੁੰਦਾ ਵੀ ਨਹੀਂ, ਉਹਨਾਂ ਨੇ ਉਹ ਸ਼ਾਰਟਕੱਟ ਲੈ ਲਿਆ, ਉਹਨਾਂ ਨੇ ਨਹੀਂ ਸੋਚਿਆ ਵੀ ਅਸੀਂ 50-60 ਸਾਲ ਪਹਿਲਾਂ ਦੁਨੀਆਂ ਦੇ ਵੇਸਟ ਕਰੀਏ ਪੈਸੇ ਪਿੱਛੇ ਭੱਜ ਭੱਜ ਕੇ, ਬਾਅਦ ਚ ਅਸੀਂ ਕਹੀਏ ਹੁਣ ਅਸੀਂ ਸ਼ਾਂਤੀ ਨੂੰ ਕਰੀਏ। ਕਈ ਲੋਕੀ ਅਰਲੀ ਉੱਧਰ ਨੂੰ ਚੱਲ ਜਾਂਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹੋ ਚੀਜ਼ ਮੈਟਰ ਕਰਦੀ।